ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੱਤੋ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਚਰਚਾ ਇਹ ਨਹੀਂ ਹੋਈ ਚਰਚਾ ਇਹ ਹੋਈ ਹੈ ਜਿਹੜੀਆਂ ਤਿੰਨ ਹੋਟ ਸੀਟਾਂ ਨੇ ਬਠਿੰਡਾ ਫਿਰੋਜ਼ਪੁਰ ਤੇ ਖਡੂਰ ਸਾਹਿਬ ਇਹ ਤਿੰਨ ਸੀਟਾਂ ਤੇ ਕਿਹੜਾ ਪੇਚ ਫਸ ਗਿਆ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਮੰਤਰੀ ਲਾਲਜੀਤ ਪੁੱਲਰ ਕੀ ਉਹਨਾਂ ਦੀ ਮਤ ਨੂੰ ਕੀ ਹੋ ਗਿਆ ਉੱਥੇ ਸਿੱਧੇ ਬਿਆਨ ਕਿਉਂ ਦੇ ਰਹੇ ਨੇ ਕਦੀ ਕਿਸੇ ਜਾਤੀ ਵਿਸ਼ੇਸ਼ ਖਿਲਾਫ ਬੋਲ ਰਹੇ ਨੇ ਕਦੀ ਇੱਕ ਐਮਐਲਏ ਜਿਹੜਾ ਸਾਬਕਾ ਐਮਐਲਏ ਕਾਂਗਰਸੀ ਹਰਮਿੰਦਰ ਹਰਮਿੰਦਰ ਗਿੱਲ ਉਹਨਾਂ ਦੇ ਪਰਿਵਾਰ ਤੇ ਨਿੱਜੀ ਹਮਲੇ ਕੀਤੇ ਨੇ ਅੱਗੇ ਉਹਨਾਂ ਦਾ ਬਿਆਨ ਕੀ ਹੁੰਦਾ ਉਹ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ ਜਿਹੜੇ ਦਿਨੇਸ਼ ਬੱਬੂ ਨੇ ਗੁਰਦਾਸਪੁਰ ਤੋਂ ਉਮੀਦਵਾਰ ਉਹਨਾਂ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਮੰਨਿਆ ਜਾਵੇ ਕਿ ਬੀਜੇਪੀ ਦਾ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋ ਚੁੱਕਿਆ ਕਦੀ ਹੰਸਰਾ ਜਹਾਂਸ ਕਦੇ ਰਵਨੀਤ ਬਿੱਟੂ ਤਿੰਨੋਂ ਮੁੱਦੇ ਤੇ ਗੱਲ ਕਰਾਂਗੇ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਸਾਹਿਬ ਭੁੱਲਰ ਸਾਹਿਬ ਇਹ ਜਿਹੜੀ ਤਿੰਨ ਸੀਟਾਂ ਨੇ ਜਿਹੜੀ ਸੀ ਚਰਚਾ ਕੀਤੀ ਕਿ ਚਰਚਾ ਕਰਨ ਜਾ ਰਹੇ ਆ ਅਕਾਲੀ ਦਲ ਨੇ ਸੱਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਬਠਿੰਡਾ ਫਿਰੋਜ਼ਪੁਰ ਤੇ ਖੰਡੂਰ ਸਾਹਿਬ ਇਹ ਤਿੰਨ ਸੀਟਾਂ ਤੇ ਕਿਹੜਾ ਪੇਚ ਫਸ ਗਿਆ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਸੀਟ ਤੇ ਕੋਈ ਕਿ ਸ਼ੰਕੇ ਨਹੀਂ ਹੈ ਕੋਈ ਖਦਸ਼ਾਨੀਆਂ ਕੋਈ ਖੌਫ ਨਹੀਂ ਆ ਕੋਈ ਡਰ ਨਹੀਂ ਆ ਘਰ ਵਾਲੀ ਗੱਲ ਆ ਉਸੇ ਬਠਿੰਡਾ ਤੇ ਬਠਿੰਡਾ ਸੁਬੀ ਸਿੰਘ ਬਾਦਲ ਵੱਲੋਂ ਉਸ ਸੀਟ ਤੇ ਹਰਸਿਮਰਤ ਕੌਰ ਬਾਦਲ ਦੀ ਦਾ ਨਾਮ ਉਸ ਪਹਿਲੀ ਸੂਚੀ ਦੇ ਵਿੱਚ ਕਿਉਂ ਨਹੀਂ ਆ ਇਹ ਇੱਕ ਚਰਚਾ ਦਾ ਬਹੁਤ ਵੱਡਾ ਸਵਾਲ ਆ ਕਿ ਕੀ ਹਰਸਿਮਰਤ ਕੌਰ ਬਾਦਲ ਜਾਂ ਸ਼ਰੂਪਨੀ ਕਲਿੱਦਲ ਜਾਂ ਫਿਰ ਬਾਦਲ ਪਰਿਵਾਰ ਹੱਲੇ ਬਠਿੰਡਾ ਚੋਣ ਲੜ ਤੋਂ ਭੱਜ ਰਿਹਾ ਡਰ ਰਿਹਾ ਕਿ ਜਾਂ ਲੜ ਰਿਹਾ ਉਕਾ ਸਭ ਤੋਂ ਪਹਿਲਾਂ ਜੇ ਅੱਜ ਨਾਮ ਆਉਣਾ ਚਾਹੀਦਾ ਸੀ ਸੱਤ ਜਿਹੜੇ ਉਮੀਦਵਾਰ ਉਤਾਰੇ ਨੇ ਉਹਨਾਂ ਚ ਹਰ ਸਿਮਰਤ ਕੌਰ ਬਾਦਲ ਦਾ ਨਾਮ ਆਉਣਾ ਚਾਹੀਦਾ ਸੀ ਜਿਹੜੇ ਪਹਿਲਾਂ ਹੀ ਤਿੰਨ ਦਫਾ ਐਮਪੀ ਨੇ ਕੀ ਸਕੰਦਰ ਸਿੰਘ ਮਲੂਕਾ ਦੀ ਨੋਂ ਪਰਮਪਾਲ ਕੌਰ ਸਿੱਧੂ ਦੇ ਕਾਰਨ ਹਰ ਸਿਮਰਤ ਕੌਰ ਬਾਦਲ ਦਾ ਨਾਮ ਨਹੀਂ ਆਇਆ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਇਹ ਮਹਿਸੂਸ ਹੋ ਚੁੱਕਾ ਕਿ ਜੇ ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਭਾਜਪਾ ਵਾਸਤੇ ਚੋਣ ਲੜਦੇ ਨੇ ਤੇ ਸਾਡੀ ਹਾਰ ਯਕੀਨੀ ਹੈ ਕੀ ਹਾਰ ਦੇ ਡਰ ਤੋਂ ਵਜ੍ਹਾ ਦੇ ਨਾਲ ਕਿ ਬਠਿੰਡਾ ਹੁਣ ਤੱਕ ਇਸ ਕਰਕੇ ਨਹੀਂ ਕੋਸ਼ਿਸ਼ ਨਾ ਕੀਤੀ ਕਿ ਹੁਣ ਬਾਦਲ ਪਰਿਵਾਰ ਸਿਕੰਦਰ ਸਿੰਘ ਮਲੂਕਾ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਕਿ ਠੀਕ ਹੈ ਤੁਹਾਡੀ ਨੌ ਨੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਚੁੱਕੀ ਹੈ ਪਰ ਉਹ ਚੋਣਾਂ ਲੜਨ ਇਹ ਇਹ ਹੁਣ ਇਹ ਤਰਲੇ ਜਾਂ ਮੰਤਾਂ ਹੋਣਗੀਆਂ ਕਿਉਂਕਿ ਸਿਆਸਤ ਦੇ ਵਿੱਚ ਸੌਦੇ ਬਹੁਤ ਤਰ੍ਹਾਂ ਦੇ ਹੁੰਦੇ ਨੇ ਸਵਾਲ ਇਹ ਕਿ ਤਿੰਨ ਸੀਟਾਂ ਜਿਹੜੀਆਂ ਮੰਨਿਆ ਜਾ ਰਿਹਾ ਸੀ ਕਿ ਸ਼੍ਰੋਮਣੀ ਕਾਲੀ ਦਲ ਹਾਲਾਂਕਿ ਇਹਨਾਂ ਨੇ ਕਿਹਾ ਸੀ ਕਿ ਇੱਕ ਪਰਿਵਾਰ ਦੇ ਇੱਕ ਜੀ ਨੂੰ ਹੀ ਲੜਾਇਆ ਜਾਊਗਾ ਹਰシਮਰਤ ਕੋਰ ਬਾਦਲ ਦਾ ਪੱਕਾ ਸੀ ਕਿ ਉਹ ਕਿੱਥੋਂ ਲੜਨਗੇ ਉਹ ਬਟਿੰਡੇ ਤੋਂ ਲੜਨਗੇ ਫਿਰੋਜ਼ਪੁਰ ਸੀ ਕਿਉਂਕਿ ਸੁਬੀਸ਼ ਸਿੰਘ ਬਾਦਲ ਉਥੋਂ ਐਮਪੀ ਨੇ ਖਡੂਰ ਸਾਹਿਬ ਤੋਂ ਚਰਚਾ ਸੀ ਕਿ ਵਿਕਰਮ ਸਿੰਘ ਮਜੀਠੀਆ ਲੜਨਗੇ ਵਿਕਰਮ ਸਿੰਘ ਮਜੀਠੀਆ ਬਾਦਲ ਪਰਿਵਾਰ ਦਾ ਨਹੀਂ ਉਹ ਕਿ ਟੱਬਰ ਵੱਖਰਾ ਹੈਗਾ ਹੁਣੇ ਤਿੰਨ ਸੀਟਾਂ ਤੇ ਕਿਹੜੀ ਰਣਨੀਤੀ ਹੈ ਸ਼੍ਰੋਮਣੀ ਕਾਲੀ ਦਲ ਦੀ ਇਹ ਚਰਚਾ ਲੋਕਾਂ ਨੂੰ ਇਹ ਖਬਰ ਇੰਪੋਰਟੈਂਟ ਨਹੀਂ ਲੱਗੀ ਕੇ ਸ਼੍ਰੋਮਣੀ ਕਾਲੀਦਾਰ ਨੇ 7 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਿਦੇ ਵਿੱਚ ਅੰਮ੍ਰਿਤਸਰ ਫਰੀਦਕੋਟ ਪਟਿਆਲਾ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਅਨੰਦਪੁਰ ਸਾਹਿਬ ਲੋਕਾਂ ਨੂੰ ਲੋਕਾਂ ਨੂੰ ਕਿ ਹਰ ਸਿਮਰਤ ਕੌਰ ਬਾਦਲ ਦਾ ਪਹਿਲੀ ਸੂਚੀ ਦੇ ਵਿੱਚ ਨਾਮ ਕਿਉਂ ਨਹੀਂ ਆਇਆ ਉਹ ਸਵਾਲ ਖਡੂਰ ਸਾਹਿਬ ਤੋਂ ਨਾਮ ਕਿਉਂ ਨਹੀਂ ਆਇਆ ਉਹ ਸਵਾਲ ਆ ਲੋਕਾਂ ਦੇ ਵਿੱਚ ਹੁਣ ਕੀ ਹਰ ਸਿਮਰਤ ਕੌਰ ਬਾਦਲ ਉਦੋਂ ਤੱਕ ਘੋਸ਼ਣਾ ਨਹੀਂ ਕੀਤੀ ਜਾਊਗੀ ਜਦ ਤੱਕ ਉਥੋਂ ਭਾਰਤੀ ਜਨਤਾ ਪਾਰਟੀ ਕੋਈ ਉਮੀਦਵਾਰ ਦਾ ਐਲਾਨ ਨਹੀਂ ਕਰਦੀ ਤੇ ਜੇ ਉੱਥੋਂ ਭਾਰਤੀ ਜਨਤਾ ਪਾਰਟੀ ਪਰਮਪਾਲ ਕੌਰ ਸਿੱਧੂ ਨੂੰ ਬੀਜੇਪੀ ਚੋਣ ਮੈਦਾਨ ਵਿੱਚ ਤਾਰਦੀ ਤੇ ਕੀ ਫਿਰ ਹਰਸਿਮਰਤ ਕੌਰ ਬਾਦਲ ਬਠਿੰਡਾ ਛੱਡ ਕੇ ਫਿਰੋਜ਼ਪੁਰ ਲੜਨਗੇ ਜਾਂ ਫਿਰ ਖਡੂਰ ਸਾਹਿਬ ਲੜਨਗੇ ਤੇ ਜੇ ਇਸ ਸਥਿਤੀ ਦੇ ਵਿੱਚ ਕਾਲੀ ਕਾਲੀਦਲ ਖਾਸ ਕਰਕੇ ਬਾਦਲ ਪਰਿਵਾਰ ਬੁਰੀ ਤਰ੍ਹਾਂ ਫਸ ਗਿਆ ਜੇ ਤੇ ਬਠਿੰਡਾ ਲੜਦੇ ਨੇ ਉਧਰੋਂ ਪਰਮਪਾਲ ਕੌਰ ਕਰਕੇ ਸ਼ਾਇਦ ਇਹਨਾਂ ਨੇ ਟਿਕਟ ਚ ਦੇਣ ਚ ਦੇਰੀ ਕਰਤੀ ਜੇ ਇੱਥੋਂ ਛੱਡ ਕੇ ਚਾਹੇ ਖਰੂਰ ਸਾਹਿਬ ਜਾਂਦੇ ਨੇ ਚਾਹੇ ਜਾਂਦੇ ਨੇ ਫਿਰੋਜ਼ਪੁਰ ਤੇ ਇੱਕ ਮੈਸੇਜ ਆਊਗਾ ਪੰਜਾਬ ਦੇ ਵਿੱਚ ਕਿ ਬਾਦਲ ਪਰਵਾਰ ਹਾਰ ਤੋਂ ਡਰਦਾ ਹੋਇਆ ਭੱਜ ਗਿਆ ਬਠਿੰਡੇ ਦਾ ਮੈਦਾਨ ਛੱਡ ਗਿਆ ਜਦੋਂ ਕੋਈ ਮੈਦਾਨ ਛੱਡ ਕੇ ਭੱਜਦਾ ਉਦੋਂ ਉਸ ਪਾਰਟੀ ਤੇ ਬਹੁਤ ਅਸਰ ਪੈਂਦਾ ਪਾਰਟੀ ਦੇ ਵਰਕਰਾਂ ਤੇ ਬੜਾ ਅਸਰ ਪੈਂਦਾ ਔਰ 12 ਸੀਟਾਂ ਦੇ ਅਸਰ ਪਊਗਾ ਕਿ ਬਠਿੰਡਾ ਉਹ ਸੀਟ ਜਿੱਥੋਂ ਹਰ ਸਿਮਰਤ ਕੌਰ ਬਾਦਲ ਨੇ ਪਹਿਲੀ ਦਫਾ 1 ਸਵਾ ਲੱਖ ਨਾਲ ਜਿੱਤੇ ਫਿਰ 19000 ਨਾਲ ਜਿੱਤੇ ਫਿਰ 25000 ਨਾਲ ਜਿੱਤੇ ਤੇ ਕੀ ਜਿਹੜਾ ਮਾਰਜਿਨ ਸਵਾ ਲੱਖ ਤੋਂ ਸਿੱਧਾ 19000 ਆ ਗਿਆ ਫਿਰ 19000 ਤੋਂ ਵੱਧ ਕੇ 6 25 ਤੇ ਅੱਜ ਦੀ ਸਥਿਤੀ ਦੇ ਵਿੱਚ ਕਿਉਂ ਇੰਨਾ ਜਿਆਦਾ ਮਾਰਜਿਨ ਦਾਰਾ ਕੋਫਰ ਤੇ ਜੇ ਫਿਰੋਜ਼ਪੁਰ ਲੜਦੇ ਜਾ ਕੇ ਜਾਂ ਖਰੂਰ ਸਾਹਿਬ ਜਾ ਕੇ ਲੜਦੇ ਨੇ ਤਾਂ ਮੈਸੇਜ ਗਲਤ ਲਾ ਜਾਏਗਾ ਹੁਣ ਸਵਾਲ ਹੈ ਕਿ ਕੀ ਉਥੇ ਕਾਲੀ ਦਲ ਪਹਿਲਾਂ ਤੇ ਸਭ ਤੋਂ ਪਹਿਲਾਂ ਜਿਹੜਾ ਕਾਲੀ ਦਲ ਜੋ ਸੂਚੀ ਜਾਰੀ ਕਰਦਾ ਉਮੀਦਵਾਰ ਬਠਿੰਡੇ ਦਾ ਨਾਮ ਆਉਂਦਾ ਸੀ ਹੁਣ ਕੀ ਬੀਜੇਪੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਬੀਜੇਪੀ ਉਥੇ ਕਿਹੜਾ ਮੈਦਾਨ ਦੇ ਵਿੱਚ ਉਤਾਰਦੇ ਨੇ ਜਾਂ ਫਿਰ ਕਾਂਗਰਸ ਚਰਚਾ ਵੀ ਹੈ ਕਿ ਕਾਂਗਰਸ ਪਾਰਟੀ ਜਿਹੜੇ ਨੇ ਚਾਹੇ ਉਹ ਉਮੀਦਵਾਰ ਹੋ ਸਕਦੇ ਨੇ ਜਾਂ ਕਾਂਗਰਸ ਪਾਰਟੀ ਬਾਹਰੋਂ ਸਪੋਰਟ ਕਰ ਸਕਦੀ ਆ ਉਹ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਜੇ ਬੀਜੇ ਕਾਂਗਰਸ ਪਾਰਟੀ ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਚੋਣ ਲੜਾਉਂਦੇ ਨੇ ਜਾਂ ਉਹਨੂੰ ਬਾਹਰੋਂ ਹਮਾਇਤ ਕਰਦੇ ਨੇ ਤੇ ਫਿਰ ਵੀ ਕਾਲੀ ਦਲ ਦੀ ਉੱਥੇ ਜਿਹੜੀ ਸਥਿਤੀ ਆ ਉਹ ਮਾੜੀ ਹੋ ਸਕਦੀ ਹੈ ਸ਼ਾਇਦ ਇਸੇ ਕਰਕੇ ਕੁਸ਼੍ਰੋਮਨੀ ਕਾਲੀ ਦਲ ਨੇ ਬਠਿੰਡਾ ਸੀਟ ਦਾ ਐਲਾਨ ਨਹੀਂ ਕੀਤਾ ਕਾਂਗਰਸ ਦਾ ਉਮੀਦਵਾਰੀ ਵੀ ਦੇਖਿਆ ਜਾ ਰਿਹਾ ਤੇ ਕਾਂਗਰਸ ਤੋਂ ਜ਼ਿਆਦਾ ਜਿਹੜਾ ਉਮੀਦਵਾਰ ਕਿਹੜਾ ਦੇਖਿਆ ਜਾ ਰਿਹਾ ਉਹ ਦੇਖਿਆ ਜਾ ਰਿਹਾ ਭਾਜਪਾ ਦਾ ਕਿਉਂਕਿ ਭਾਜਪਾ ਦੇ ਨੇ ਚਰਚਾ ਆਈ ਹੈ ਕਿ ਪਰਮਪਾਲ ਕੌਰ ਹੋਣੀ ਭਾਜਪਾ ਚ ਸ਼ਾਮਲ ਹੀ ਤਾਂ ਉਹਨੇ ਕਿ ਉਹਨਾਂ ਨੂੰ ਵੀ ਉੱਥੋਂ ਇੱਕ ਜੱਟ ਸਿੱਖ ਚਿਹਰਾ ਮਿਲ ਗਿਆ ਹੁਣ ਸਵਾਲ ਇਸੇ ਕਰਕੇ ਕਾਲੀ ਦਲ ਨੇ ਮੋੜ ਤੋਂ ਸਰਦਾਰੀ ਖੋਲੀ ਆ ਸਿਕੰਦਰ ਸਿੰਘ ਮਲੂਕਾ ਹੋਣਾਂ ਕੋਲ ਤੇ ਸਿਕੰਦਰ ਸਿੰਘ ਮਲੂਕਾ ਬਠਿੰਡਾ ਸ਼੍ਰੋਮਣੀ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਉਹਨਾਂ ਨੂੰ ਤੇ ਹਰਸਿਮਰਤ ਕੌਰ ਬਾਦਲ ਵਾਸਤੇ ਪ੍ਰਚਾਰ ਕਰਨਾ ਪੈਣਾ ਜਾਂ ਉਹ ਘਰ ਬੈਠਣਗੇ ਪਰ ਮਲੂਕਾ ਸਾਡਾ ਇੱਕ ਉਥੇ ਆਪਣੇ ਉਹਦੇ ਇਲਾਕੇ 'ਚ ਅਸਰ ਆ ਔਰ ਦੂਜਾ ਬੀਜੇਪੀ ਦੀ ਆਪਣੀ ਵੋਟ ਆ ਬਠਿੰਡਾ ਸ਼ਹਿਰ ਦੇ ਵਿੱਚ ਵੋਟ ਆ ਬਠਿੰਡਾ ਦਿਹਾਤੀ ਦੇ ਵਿੱਚ ਵੋਟ ਆ ਉਹਦੇ ਮਾਨਸਾ ਦੇ ਵਿੱਚ ਇਹ ਵੋਟ ਆ ਮੋਰ ਦੇ ਵਿੱਚ ਵੋਟ ਹੈਗੀ ਆ ਬਡਲਾੜਾ ਦੇ ਵਿੱਚ ਜਿਹੜੀਆਂ ਜਿਹੜੀਆਂ ਛੋਟੀਆਂ-ਛੋਟੀਆਂ ਮੰਡੀਆਂ ਨੇ ਜਿਹੜੇ ਸ਼ਹਿਰ ਨੇ ਉਥੇ ਇਸ ਵਾਰ ਬੀਜੇਪੀ ਨੂੰ ਉਮੀਦ ਆ ਕਿ ਸਾਡਾ ਵੋਟ ਬੈਂਕ ਵਧੂਗਾ ਜੇ ਬੀਜੇਪੀ ਦਾ ਵੋਟ ਬੈਂਕ ਫਿਰ ਦੂਜਾ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਜਿਹੜੀ ਮਲੂਕਾ ਸਾਹਿਬ ਦੀ ਆਪਣੀ ਵੋਟ ਜੇ ਭਾਜਪੀ ਉੱਥੋਂ ਲੱਖ ਸਵਾ ਲੱਖ ਵੋਟ ਵੀ ਲੈ ਜਾਂਦੀ ਆਪਣੇ ਬਲਬੂਤੇ ਉਹਦਾ ਫਿਰ ਨੁਕਸਾਨ ਭਾਜਪੀ ਅਕਾਲੀ ਦਲ ਨੂੰ ਹੋਣਾ ਹਰ ਸਿਮਰਤ ਕੌਰ ਬਾਦਲ ਹੋਣਾ ਸ਼ਾਇਦ ਇਸੇ ਕਰਕੇ ਹੀ ਪਹਿਲੀ ਸੂਚੀ ਜਿਹੜੀ ਅੱਜ ਜਾਰੀ ਕੀਤੀ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਤੋਂ ਐਲਾਨੀਆ ਫਿਰੋਜ਼ਪੁਰ ਤੋਂ ਐਲਾਨੀਆ ਔਰ ਖਰੂਰ ਸਾਹਿਬ ਤੋਂ ਖਰੂਰ ਸਾਹਿਬ ਤੋਂ ਤਿੰਨ ਨਾਮ ਸੀ ਮੋٹے ਰੂਪ ਤੇ ਪਾਰਟਿਕ ਕੀ ਚਾਉਂਦੀ ਆ ਭਕੇ ਵਿਕਰਮ ਸਿੰਘ ਮਜੀਠੀਆ ਲੜਨ ਹੂੰ ਵਿਰਸਾ ਸਿੰਘ ਵਡਵਾ ਕੇ ਦਾ ਕਿ ਮੈਨੂੰ ਲੜਾਉ ਹਰਮਿੰਦਰ ਸਿੰਘ ਸੰਧੂ ਦਾ ਵੀ ਨਾਮ ਚੱਲਦਾ ਲੇਕਿਨ ਉਹ ਸ਼ਾਇਦ ਉਹਨੂੰ ਟਿਕਟ ਨਾ ਮਿਲੇ ਚੌਥਾ ਕਿ ਆਦੇਸ਼ ਪ੍ਰਤਾਪ ਕੈਰੋ ਹੋ ਸਕਦਾ ਜਾਂ ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਮੁੰਡਾ ਹੋ ਸਕਦਾ ਪਰ ਜਿਆਦਾ ਜਿਹੜਾ ਚਾਂਸ ਹੈ ਉਹ ਵਿਕਰਮ ਸਿੰਘ ਮਜੀਠੀਆ ਦੇ ਹੁਣ ਹਰਸਿਮਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਸੁਭੀ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨਹੀਂ ਕਹਿ ਸਕਦਾ ਪਰ ਸੁਭੀ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਅੱਜ ਸੰਗਰੂਰ ਤੇ ਖਡੂਰ ਸਾਹਿਬ ਦਾ ਐਲਾਨ ਨਹੀਂ ਕੀਤਾ ਉਹਨਾਂ ਪਤਾ ਕਿ ਜੇ ਸਾਨੂੰ ਇੱਥੋਂ ਬਠਿੰਡੇ ਤੋਂ ਜਾਣਾ ਪਿਆ ਤੇ ਫਿਰ ਮੌਕੇ ਦੇ ਕਿਹੜਾ ਕੈਂਡੀਡੇਟ ਬਦਲ ਇਸੇ ਕਰਕੇ ਬਠਿੰਡਾ ਖਡੂਰ ਸਾਹਿਬ ਤੇ ਜਿਹੜੇ ਫਿਰੋਜ਼ਪੁਰ ਇਹ ਖਾਲੀ ਰੱਖ ਲਈਆਂ ਤੇ ਤਿੰਨ ਸੀਟਾਂ ਕਿਹੜੀਆਂ ਰਹਿ ਗਈਆਂ ਇੱਕ ਹਾਰਪੁਰ ਰਹਿ ਗਈ ਇੱਕ ਜਲੰਧਰ ਰਹਿ ਗਈ ਔਰ ਇੱਕ ਰੈਗੂ ਲੁਧਿਆਣਾ ਪਰ ਜਿਹੜੀ ਅੱਜ ਸੂਚੀ ਜਾਰੀ ਕੀਤੀ ਹੋ ਜੀ ਕਾਲੀ ਦਲ ਨੇ ਕੀ ਕੀਤਾ ਕਿ ਤਿੰਨ ਜਿਹੜੇ ਨੇ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਉਮੀਦਵਾਰ ਉਤਾਰਤੇ ਹੈਗੇ ਨੇ ਦੋ ਉਤਾਰੇ ਨੇ ਸੱਤਾ ਦੇ ਵਿੱਚੋਂ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਔਰ ਪਟਿਆਲਾ ਤੋਂ ਐਨ ਕੇ ਸ਼ਰਮਾ ਐਨ ਕੇ ਸ਼ਰਮਾ ਵੀ ਦੋ ਵਾਰ ਐਮ ਐਲ ਏ ਰਹੇ ਚੁੱਕੇ ਨੇ ਸੀ ਪੀ ਐਸ ਰਹੇ ਚੁੱਕੇ ਨੇ ਅਨਿਲ ਜੋਸ਼ੀ ਜਿਹੜੇ ਭਾਜਪਾ ਦੇ ਵਰਕਰ ਰਹੇ ਨੇ ਫਿਰ ਉਹ ਦੋ ਵਾਰ ਐਮ ਐਲ ਏ ਬਣੇ ਨੇ ਸਟੇਟ ਮਨਿਸਟਰ ਰਹੇ ਚੁੱਕੇ ਨੇ ਉਹਨਾਂ ਨੇ ਦਿੱਤਾ ਤੀਜੀ ਜਿਹੜੀ ਸੀਟ ਆ ਉਹ ਲੁਧਿਆਣੇ ਤੋਂ ਵੀ ਕਿਸੇ ਹਿੰਦੂ ਭਾਈਚਾਰੇ ਤੋਂ ਦਿੱਤੀ ਜਾ ਸਕਦੀ ਕਿਉਂਕਿ ਸ਼ਰੋਮਨੀ ਕਾਲੀਦਰ ਨੂੰ ਪਤਾ ਕਿ ਜਿਹੜੀਆਂ ਤਿੰਨ ਸੀਟਾਂ ਜਿਹੜਾ ਸਾਡਾ ਗੱਠ ਜੋੜ ਹੁੰਦਾ ਹੈ ਤਿੰਨ ਸੀਟਾਂ ਜਿਹੜੀਆਂ ਅਸੀਂ ਦਿੰਦੇ ਰਹੇ ਭਾਜਪਾ ਨੂੰ ਅਸੀਂ ਕਿਉਂ ਨਹੀਂ ਤਿੰਨ ਹਿੰਦੂ ਭਾਈਚਾਰੇ ਦੇ ਵੀਰਾਂ ਨੂੰ ਦੇ ਸਕਦੇ ਨੇ ਉਹ ਦੋ ਦੇ ਦਿੱਤੀਆਂ ਤੀਜੀ ਤੁਹ ਜੀ ਤਿੰਨ ਸੀਟਾਂ ਬਾਕੀ ਰਹਿ ਗਏ ਨੇ ਉਹ ਜਲੰਧਰ ਚੋਂ ਵੀ ਕੋਈ ਹਿੰਦੂ ਭਾਈਚਾਰਾ ਹੋ ਸਕਦਾ ਉਹ ਲੁਧਿਆਣੇ ਤੋਂ ਵੀ ਹੋ ਸਕਦਾ ਉਹ ਹਰਪੁਰ ਤੋਂ ਵੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਦੋ ਸੀਟਾਂ ਰੱਖੀਆਂ ਨੇ ਫਿਰੋਜ਼ਪੁਰ ਤੇ ਖੰਡੂੜ ਸਾਹਿਬ ਕਿ ਇਹ ਹਰਸਿਮਰਤ ਕੋਰ ਬਾਦਲ ਵਾਸਤੇ ਇਹ ਦੋ ਸੀਟਾਂ ਰੱਖ ਲੀਆਂ ਹੁਣ ਵੀ ਦੇਖਦੇ ਆ ਜੇ ਭਾਜਪਾ ਦਾ ਇੱਥੇ ਉਮੀਦਵਾਰ ਕੌਣ ਹੁੰਦਾ ਤੇ ਜਾਂ ਫਿਰੋਜ਼ਪੁਰ ਲੜ ਲੈਣ ਜਾਂ ਖੰਡੂੜ ਸਾਹਿਬ ਲੜ ਲੈਣ ਨਹੀਂ ਤੇ ਬਿਲਕੁਲ ਇਹ ਤੇ ਕਲੀਅਰ ਕੱਟ ਹੀ ਹੈ ਨਾ ਜੀ ਨਹੀਂ ਤੇ ਹਰਸਿਮਰਤ ਕੋਰ ਬਾਦਲ ਦਾ ਪਹਿਲੀ ਸੂਚੀ 'ਚ ਨਾਮ ਆਉਣਾ ਚਾਹੀਦਾ ਸੀ ਸੁਭੀਰ ਸਿੰਘ ਬਾਦਲ ਨੂੰ ਲੱਗਦਾ ਡਰ ਆ ਕਿ ਸ਼ਾਇਦ ਅਸੀਂ ਇਸ ਵਾਰ ਬਠਿੰਡਾ ਸਾਡੀ ਜਿਹੜੀ ਜਿੱਤ ਆ ਉਹ ਸਿਕਿਉਰ ਨਹੀਂ ਆ ਹਾਲਾਂਕਿ ਮਾਸਟਰ ਆ ਸੁਭੀਰ ਸਿੰਘ ਬਾਦਲ ਮਿਹਨਤੀ ਵੀ ਨੇ ਹਰ ਗੋਟੀਆਂ ਨੂੰ ਫਿੱਟ ਕਰਨਾ ਆਉਂਦੀਆਂ ਨੇ ਕਿਉਂਕਿ ਹਰ ਸਿਮਰਤ ਹਾਰਗੀ ਜਿਤ ਮੀਨ ਕਾਲੀ ਦਲ ਹਾਰ ਗਿਆ ਉਹ ਇੱਕ ਪਰਿਵਾਰ ਦੀ ਸੀਟ ਹੈ ਵਕਾਰ ਦੀ ਹੈ ਤੇ ਨੱਕ ਦਾ ਸਵਾਲ ਵੀ ਹੈ ਤੇ ਇਸ ਕਰਕੇ ਬਠਿੰਡੇ ਦੇ ਨਾਲ ਨਾਲ ਦੋ ਸੀਟਾਂ ਐਸੇ ਕਰਕੇ ਨਹੀਂ ਉਹਨਾਂ ਰੱਖ ਲੀਆਂ ਨੇ ਇੱਕ ਖਡੂਰ ਸਾਹਿਬ ਕਿ ਲੋੜ ਪੈ ਤੇ ਖਡੂਰ ਸਾਹਿਬ ਜਾ ਸਕਦੇ ਨੇ ਤੇ ਲੋੜ ਪੈਣ ਤੇ ਫਿਰੋਜ਼ਪੁਰ ਵੀ ਜਾ ਸਕਦੇ ਕਿਉਂਕਿ ਕਾਲੀ ਦੀ ਜਿਹੜੀ ਪੰਥਕ ਸੀਟ ਹੈ ਖਡੂਰ ਸਾਹਿਬ ਔਰ ਕਾਲੀ ਦਲ ਸੰਗਰੂਪ ਫਿਰੋਜ਼ਪੁਰ ਬੜਾ ਮਜ਼ਬੂਤ ਵੀ ਰਿਹਾ ਉਥੋਂ ਕਾਲੀ ਦਲ ਦੇ ਐਮਪੀ ਸ਼ੇਰ ਸਿੰਘ ਕੋਹਾਵਾ ਵੀ ਬਣੇ ਨੇ ਦੋ ਦਫਾ ਫਿਰ ਸੁਬੀਤ ਸਿੰਘ ਬਾਦਲ ਖੁਦ ਬਣੇ ਨੇ ਫਿਰ ਉਥੇ ਜੋਰਾ ਸਿੰਘ ਮਾਨ ਵੀ ਰਏਗੇ ਨੇ ਉਥੋਂ ਵੀ ਲੜ ਸਕਦੇ ਹੈਗੇ ਨੇ ਇਸ ਕਰਕੇ ਉਹ ਸੀਟ ਖਾਲੀ ਰੱਖ ਲਈ ਲੇਕਿਨ ਜਿਹੜੀਆਂ ਆ ਜਿਹੜੀਆਂ ਸੀਟਾਂ ਜਲਾਨ ਕੀਤਾਗਾ ਮੰਨ ਲਓ ਗਰਦਾਸਪੁਰ ਗਰਦਾਸਪੁਰ ਇਹਨਾਂ ਦੇ ਉੱਤੇ ਜਿਹੜੇ ਤਿੰਨ ਚਾਰ ਚਿਹਰੇ ਸੀ ਇੱਕ ਤੇ ਗੁਰਬਚਨ ਸਿੰਘ ਬੱਬੇ ਹਾਲੀ ਸੀ ਚਿਹਰਾ ਉਹਦੀ ਆਪਸੀ ਤੇ ਰਵੀ ਕਲ ਰਵੀਕਰਨ ਸਿੰਘ ਕਾਲੋ ਜਿਹੜਾ ਸਾਬਕਾ ਸਪੀਕਰ ਨਿਰਮਲ ਸਿੰਘ ਕਾਲੋ ਦੇ ਲੜਕੇ ਨੇ ਉਹ ਹੀ ਉਹ ਤੇ ਧੜੇਬੰਦੀ ਸੀ ਉਸ ਧੜੇਬੰਦੀ ਨੂੰ ਸ਼ਾਂਤ ਕਰਨ ਵਾਸਤੇ ਸਾਰਿਆਂ ਨੂੰ ਜਿਹੜਾ ਕੌਣ ਪ੍ਰਵਾਨ ਹੋਇਆ ਉਹ ਡਾਕਟਰ ਦਲਜੀਤ ਸਿੰਘ ਚੀਮਾ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਅਗਨੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਸ਼੍ਰੀ ਹਰਗੋਬਿੰਦਪੁਰ ਚ ਉਹਨਾਂ ਦਾ ਪਿੰਡ ਆ ਮਾੜੀ 부ਚਿਆਂ ਦੇ ਰਹਿਣ ਵਾਲੇ ਨੇ ਐਮ ਐਲ ਏ ਨੇ ਮੰਤਰੀ ਰਹਿ ਚੁੱਕੇ ਨੇ ਔਰ ਜਲੰਧਰ ਉਹਨਾਂ ਦਾ کاروبار ਸੀ ਫਿਰ ਆ ਕੇ ਰੋਪੜੂ ਐਮਐਲਏ ਬਣਿਆਗੇ ਨੇ ਵੈਸੇ ਤੇ ਡਾਕਟਰ ਚੀਮਾ ਚਾਹੁੰਦੇ ਸੀ ਕਿ ਮੈਨੂੰ ਅਨੰਤਪੁਰ ਸਾਹਿਬ ਦਿੱਤੀ ਜਾਵੇ ਕਿਉਂਕਿ ਮੈਂ ਰੋਪੜ ਤੋਂ ਐਮਐਲਏ ਰਹਿ ਚੁੱਕਾ ਲੇਕਿਨ ਕਾਲੀਦਲ ਨੇ ਸੋਚਿਆ ਕਿ ਤੁਸੀਂ ਆਪਣੇ ਗੁਰਦਾਸਪੁਰ ਜਾ ਕੇ ਲੜੋ ਜਿਹੜੇ ਸਾਰੇ ਤੁਹਾਨੂੰ ਪ੍ਰਵਾਨ ਕਰ ਲੈਣਗੇ ਅਨੰਤਪੁਰ ਸਾਹਿਬ ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜ ਦਾ ਪਹਿਲਾਂ ਹੀ ਨਾਮ ਕੀਤਾ ਪ੍ਰੇਮ ਸਿੰਘ ਚੰਦੂਮਾਜਰੇ ਸਾਹਿਬ ਹੁਣੀ 2014 ਦੇ ਵਿੱਚ एमपी रह चुके ਨੇ ਨੰਦਪੁਰ ਸਾਹਿਬ ਦੇ ਵਿੱਚ ਕਿਉਂਕਿ ਉੱਥੋਂ ਉਹਨਾਂ ਨੇ ਅੰਬਿਕਾ ਸੋਨੀ ਨੂੰ ਹਰਾਇਆ ਹੈਗਾ ਤੇ ਇਸ ਕਰਕੇ ਉਹ ਇੱਥੇ ਕੰਮ ਵੀ ਕਰਦੇ ਰਹੇ ਇਸ ਕਰਕੇ ਉਹਨਾਂ ਦੀ ਬਣ ਗਈ ਗਿਆ ਐਨਕੇ ਸ਼ਰਮਾ ਦਾ ਇਹ ਹੋ ਗਿਆ ਕਿ ਅ ਬੀ ਕਾਲੀਦਲ ਅੱਡ ਲੜ ਰਿਹਾ ਗਿਆ ਔਰ ਐਨਕੇ ਸ਼ਰਮਾ ਦੋ ਵਾਰ ਐਮਐਲਏ ਰਹ ਚੁੱਕਾ ਜਿਹੜੇ ਪ੍ਰਨੀਤ ਕੌਰ ਨੇ ਕਾਂਗਰਸ ਦੇ ਨੇ ਸੀ ਪਹਿਲਾਂ ਹੁਣ ਬੀਜੇਪੀ ਦੇ ਬੀਜੇਪੀ ਦਾ ਬੜਾ ਵਿਰੋਧ ਹੋ ਰਿਹਾ ਕਾਂਗਰਸ ਵੱਲੋਂ ਡਾਕਟਰ ਧਰਮਵੀਰ ਗਾਂਧੀ ਦੇ ਚਾਂਸ ਨੇ ਹੁਣ ਦੂਜੇ ਪਾਸੇ ਆਪ ਲੋ ਡਾਕਟਰ ਬਲਬੀਰ ਸਿੰਘ ਨੇ ਤੇ ਐਨ ਕੇ ਸ਼ਰਮਾ ਦਾ ਵੀ ਇੱਕ ਮਾਸਟਰ ਸਟ੍ਰੋਕ ਖੋਲ ਉਹਨਾਂ ਨੇ ਖੇਡਿਆ ਹੈਗਾ ਇੱਕ ਹਿੰਦੂ ਚਿਹਰਾ ਹੋ ਗਿਆ ਔਰ ਦੂਜਾ ਜਿਹੜਾ ਫਰੀਦਕੋਟ ਆ ਜਿਹੜਾ ਪਹਿਲਾਂ ਫਰੀਦਕੋਟ ਦੇ ਚਾਹੁੰਦੇ ਸੀ ਕਿ ਮਲੂਟ ਤੋਂ ਜਿਹੜੇ ਦੋ ਵਾਰ ਐਮ ਐਲ ਏ ਰਹੇ ਚੁੱਕੇ ਹਰਪੀ ਸਿੰਘ ਕੋਟਪਾਈ ਲੇਕਿਨ ਮਲੂਟ ਜਿਹੜਾ ਵਾ ਉਹ ਫਿਰੋਜ਼ਪੁਰ ਦਾ ਪਾਰਟ ਰਿਹਾ ਇਸ ਕਰਕੇ ਜਿਹੜਾ ਫਰੀਦਕੋਟ ਆ ਫਰੀਦਕੋਟ ਦੇ ਵਿੱਚ ਹੁਣ ਤੱਕ ਜਿਹੜੇ ਦੋ ਉਮੀਦਵਾਰ ਨੇ ਉਹ ਦੋਨੇ ਬਾਰੀ ਨੇ ਕਰਮਜੀਤ ਅਨਮੋਲ ਆਮ ਆਦੀ ਪਾਰਟੀ ਵੱਲੋਂ ਉਹ 바ਰੀ ਆ ਜਿਹੜੇ ਦੂਜੇ ਨੇ ਹੰਸ ਰਾਜ ਹੰਸ ਬੀਜੇਪੀ ਵੱਲ ਉਹ 바ਰੀ ਆ ਇਹ ਜਿਹੜੇ ਨੇ ਤਾਰੇ ਨੇ ਅੱਜ ਉਹ ਗੁਰਦੇਵ ਸਿੰਘ ਬਾਦਲ ਦੇ ਪੋਤੇ ਨੇ ਜਿਹੜੇ ਸ਼ਰੂਮਨੀ ਕਾਲੀ ਦੇ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੇ ਬੜੇ ਕਰੀਬੀਆਂ ਚੁਰੇ ਉਹਨਾਂ ਦੇ ਵਾਰਿਸ ਨੇ ਇਸ ਕਰਕੇ ਉਹ ਲੋਕਲ ਨੂੰ ਉੱਥੇ ਮੈਦਾਨ ਵਿੱਚ ਉਤਾਰ ਦਿੱਤਾ ਗਿਆਗਾ ਅਨਿਲ ਜੋਸ਼ੀ ਕਿਉਂਕਿ ਸ਼ਹਿਰ ਦੇ ਇੱਕ ਪੰਜ ਜਿਹੜੇ ਹਲਕੇ ਨੇ ਖਾਸ ਕਰਕੇ ਅੰਮ੍ਰਿਤਸਰ ਨਾਰਥ ਈਸਟ ਵੈਸਟ ਸਾਊਥ ਨੇ ਸਾਰੇ ਔਰ ਸੈਂਟਰਲ ਉਥੇ ਕਿਉਂਕਿ ਸ਼ਾਰੀ ਜ਼ਿਆਦਾ ਵੋਟ ਆ ਛੇਵਾਂ ਹਲਕਾ ਮਜੀਠਾ ਹੋ ਗਿਆ ਉਹ ਅੰਮ੍ਰਿਤਸਰ ਦਾ ਪਾਰਟ ਇਸ ਕਰਕੇ ਨਿਲਜੋਸ਼ੀ ਨੂੰ ਤਾਰ ਰਿਹਾ ਕਿਉਂਕਿ ਉਥੇ ਤਰਨਜੀਤ ਸਿੰਘ ਸੰਧੂ ਭਾਜਪੀ ਵੱਲੋਂ ਬੜਾ ਵਿਰੋਧ ਰਿਹਾ ਜੱਟ ਸਿੱਖਾ ਸੰਭਾਵਕ ਤੌਰ ਤੇ ਕਾਂਗਰਸ ਵੱਲੋਂ ਕੌਣ ਆਊਗਾ ਗੁਰਜੀਤ ਸਿੰਘ ਔਜਲਾ ਉਹ ਵੀ ਜੱਟ ਸਿੱਖਾ ਆਮ ਆਦੀ ਪਾਰਟੀ ਵੱਲੋਂ ਕੌਣ ਹੈ ਕੁਲਦੀਪ ਸਿੰਘ ਢਾਲੀਵਾਲ ਉਹ ਵੀ ਜੱਟ ਸਿੱਖਾ ਤੇ ਇਹਨਾਂ ਕੀ ਕੀਤਾਗਾ ਹੁਣ ਅਨਿਲ ਜੋਸ਼ੀ ਨੂੰ ਤਾਰਤਾ ਕਿ ਜਿਹੜਾ ਜੱਟ ਵੋਟ ਬੈਂਕ ਆ ਜਾਂ ਪਿੰਡੂ ਵੋਟ ਬੈਂਕ ਆ ਉਹ ਤਿੰਨੇ ਹਿੱਸਿਆਂ 'ਚ ਵੰਡਿਆ ਜਾਊਗਾ ਉਹ ਭਾਜਪਾ ਦਾ ਵੀ ਹੁਜਾਊਗਾ ਉਹ ਕਾਲੀ ਦਲ ਕੋਈ ਕਾਂਗਰਸ ਕੋ ਵੀ ਜਾਊਗਾ ਆਪ ਕੋ ਜਾਊਗਾ ਸ਼ਹਿਰ ਦਾ ਵੋਟ ਜਾ ਜਿਹੜਾ ਸ਼ਹਿਰ ਦਾ ਹਿੰਦੂ ਭਾਈਚਾਰਾ ਜਾਂ ਪਿੰਡਾਂ 'ਚ ਵੱਸਦਾ ਹਿੰਦੂ ਭਾਈਚਾਰਾ ਉਹ ਸੋਚੂਗਾ ਕਿ ਇਹਨੂੰ ਪਾਉਣੀ ਚਾਹੀਦੀ ਇਹ ਉਹਨਾਂ ਨੇ ਜਿਹੜੇ ਜਾਤੀ ਸਮੀਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਇਹ ਜਿਹੜੀ ਟਿਕਟਾਂ ਦੀ ਵੰਡ ਕੀਤੀ ਹੈਗੀ ਜਿਹੜਾ ਸੰਗਰੂਰ ਦਾ ਬੜਾ ਅੱਜ ਹੈਰਾਨੀ ਵਾਲੀ ਗੱਲ ਹੋਈ ਸਾਰੇ ਸੋਚ ਰਹੇ ਸੀ ਕਿ ਢੀਂਡਸਾ ਪਰਿਵਾਰ ਜਿਹੜਾ ਵਾਪਸ ਆਇਆ ਕਾਫੀ ਸਮੇਂ ਬਾਅਦ ਉਹਨਾਂ ਨੂੰ ਟਿਕਟ ਮਿਲੇਗੀ ਜਿਹੜਾ ਢੀਂਡਸੇ ਪਰਿਵਾਰ ਦੇ ਵਿੱਚੋਂ ਜਾਂ ਵੱਡੇ ਢੀਂਡਸਾ ਸਾਹਿ ਹਈ ਇਹਦੀ ਉਮੀਦ ਤੁਸੀਂ ਕਰਦੇ ਸੀਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਸਿਆਸੀ ਤੌਰ ਤੇ ਢੀਂਡਾ ਸਾਹਿਬ ਪਰਿਵਾਰ ਨੇ ਖੁਦ ਨੂੰ ਬਰਬਾਦ ਕੀਤਾ ਹੈਗਾ ਖਾਸ ਕਰਕੇ ਸੁਖਦੇਵ ਸਿੰਘ ਢੀਂਡਾ ਸਾਹਿਬ ਨੇ ਦੇਖੋ ਉਹਨਾਂ ਨੇ ਖੁਦ ਦਾ ਤੇ ਸਿਆਸੀ ਕੈਰੀਅਰ ਜਿੰਨਾ ਵੀ ਅੰਬਰਾਂ ਤੇ ਜਾਣਾ ਹੀ ਆ ਗਿਆ ਹੋ ਹੁਣ ਤੇ ਉਹ ਉਹਨਾਂ ਦਾ ਜਿੰਨਾ ਕਿ ਸਫਰ ਰਹਿ ਗਿਆ ਉਹਨਾਂ ਨੇ ਆਪਣਾ ਨੁਕਸਾਨ ਤੇ ਕੀਤਾ ਹੀ ਕੀਤਾ ਸਿਆਸੀ ਤੌਰ ਤੇ ਨਾਲ ਪਰਮਿੰਦਰ ਸਿੰਘ ਢੀਡਸਾ ਦਾ ਵੀ ਕਰ ਦਿੱਤਾ ਹੈਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਖਾਸ ਕਰਕੇ ਪ੍ਰਕਾਸ਼ ਸਿੰਘ ਕਾਲ ਦਲ ਉਹਨਾਂ ਨੇ ਜਿਹੜੇ ਉਹਨਾਂ ਦੇ ਹਮ 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 ਸਫਰ ਜਾਂ ਹਮ ਹਾਨੀ ਸੀ ਜਾਂ ਸਮਕਾਲੀ ਸੀ ਉਹਨਾਂ ਨੂੰ ਬਹੁਤ ਸੁਖਦੇਵ ਸਿੰਘ ਢੀਡਸਾ ਸਾਹਿਬ ਕਦੀ ਇਲੈਕਸ਼ਨ ਨਹੀਂ ਜਿੱਤਦੇ ਫਿਰ ਰਾਜ ਸਭਾ ਭੇਜ ਦਿੰਦੇ ਸੀ ਬਲਵਿੰਦਰ ਸਿੰਘ ਭੁੰਦਰ ਜੇ ਹਾਰ ਜਾਂਦੇ ਸੀ ਤੇ ਅਗਲੀ ਵਾਰ ਉਹਨਾਂ ਨੂੰ ਰਾਜ ਸਭਾ 'ਚ ਭੇਜ ਦਿੰਦੇ ਸੀ ਹੁਣ ਜਿਹੜੀਆਂ ਸ਼ਰਤਾਂ ਨੂੰ ਕਹਿ ਕੇ ਤੁਸੀਂ ਛੱਡ ਕੇ ਗਏ ਸੀ ਉਹਨਾਂ ਸ਼ਰਤਾਂ ਤੇ ਫਿਰ ਪਰ ਅਗੇ ਪਰਵਾਨ ਤੇ ਹੁਣ ਢੀਂਡਸਾ ਪਰਿਵਾਰ ਕਹਿ ਸਕਦੇ ਕਿ ਸਿਆਸਤ तौर ਤੇ ਉਹਨਾਂ ਨੇ ਆਪਣੇ ਆਪ ਨੂੰ ਖੁਦ ਹੀ ਬਰਬਾਦ ਕਰ ਲਿਆ ਜਾਂ ਆਪਣੇ ਪੈਰੀ ਢੀਂਡਸਾ ਸਾਹਿਬ ਨੇ ਕੁਹਾੜੀ ਤੇ ਮਾਰੀ ਮਾਰੀ ਹੈ ਨਾਲ ਕੁਹਾੜੀ ਉਹਨਾਂ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਵੀ ਮਾਰ ਦਿੱਤੀ ਹੈਗੀ ਚਰਚਾ ਆਈ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਮੋੜ ਤੋਂ ਟਿਕਟ ਦਿੱਤੀ ਜਾਊਗੀ ਚਰਚਾ ਇਹ ਸੀ ਕਿ ਫਰੀਦਕੋਟ ਢੀਂਸੇ ਕੋਟੇ ਚੋਂ ਪਰਮਜੀਤ ਕੌਰ ਗੁਲਸਨ ਨੂੰ ਟਿਕਟ ਮਿਲ ਸਕਦੀ ਹੈਗੀ ਲੇਕਿਨ ਉਹਨਾਂ ਨੇ ਕਿ ਨਹੀਂ ਜਿਹੜਾ ਪਾਰਟੀ ਛੱਡ ਚੁੱਕਾ ਤੁਸੀਂ ਪਿੱਛੇ ਲੈਣ ਲੱਗ ਗਏ ਹੁਣ ਤੇ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੇ ਦੇਖਣਾ ਹੈ ਕਿ ਕੱਲ ਨੂੰ ਸ਼ਰੂਮਨੀ ਕਾਲੀਦਲ ਜੋ ਸਤਾਇਦ ਚ ਟਿਕਟਾ ਵੰਨਣਗੇ ਪਰਮਿੰਦਰ ਸਿੰਘ ਢੀਂਡਸਾ ਲਹਿਰੇ ਗਾਗੇ ਤੋਂ ਲੜਨਗੇ ਜਾਂ ਸੁਨਾਮ ਤੋਂ ਲੜਨਗੇ ਉਹ ਤਰਲਿਆਂ ਤੇ ਪਰਿਵਾਰ ਆ ਚੁੱਕਾ ਹੈਗਾ ਮੈਨੂੰ ਲੱਗਦਾ ਕਿ ਕਾਲੀ ਦਲ ਦੇ ਵਿੱਚ ਜਿਹੜੀ ਸਥਿਤੀ ਐ ਇਸ ਟਾਈਮ ਸਭ ਤੋਂ ਮਾੜੀ ਐ ਕਿਤੇ ਕਾਲੀ ਦਲ ਦੀ ਬੜੀ ਸਥਿਤੀ ਮਾੜੀ ਐ ਉਸ ਉਸ ਮਾੜੀ ਸਥਿਤੀ ਦੇ ਵਿੱਚ ਜੇ ਕਿਸੇ ਕਾਲੀ ਦਲ ਦੇ ਟੱਬਰ ਚੋਂ ਕਿਸੇ ਦੀ ਮਾੜੀ ਸਥਿਤੀ ਹੈਗੀ ਆ ਉਹ ਇਹਨਾਂ ਦੀ ਵੀ ਹੋ ਗਈ ਹੈ ਢੀਂਸਾ ਪਰਿਵਾਰ ਦੀ ਹੋ ਗਈ ਜਾਂਦੇ ਜੇ ਬਣਾਇਆ ਸੀ ਪਾਰਟੀ ਦੇ ਬਣੇ ਰੱਖਦੇ ਜਿਹੜਾ ਨਫਾ ਨੁਕਸਾਨ ਹੁੰਦਾ ਹੁਣ ਦੂਜਾ ਸਵਾਲ ਆ ਗਿਆ ਕਿ ਜਿਹੜੇ ਸੰਗਰੂਰ ਲੋਕ ਸਭਾ ਹਲਕੇ ਦੇ ਅਧੀਨ 7 9 ਵਿਧਾਨ ਸਭਾ ਹਲਕੇ ਨੇ ਉਹਨਾਂ ਚੋਂ 7 ਜਿਹੜੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਸੀ ਚਾਇਓ ਸੁngਰੂਰ ਸੀ ਚਾਇਓ ਮਲੇਰ ਕੋਟਲਾ ਸੀ ਚਾਇਓ ਸੁਨਾਮ ਸੀ ਚਾਇਓ ਅੰਬਰਗੜ੍ਹ ਸੀ ਜਿੰਨੇ ਵੀ ਸੀ ਉਹ ਸਾਰਿਆਂ ਨੇ ਹੀ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਚ ਨਹੀਂ ਉਹ ਕਹਿੰਦੇ ਸੀ ਇਕਬਾਲ ਸਿੰਘ ਝੁੰਡਾ ਨੂੰ ਹੀ ਟਿਕਟ ਦਿੱਤੀ ਜਾਵੇ ਉਹ ਸਪਾਰਟੀ ਨੇ ਦੇਖਿਆ ਹੋਊਗਾ ਕਿ ਢੀਂਡਸਾ ਦਾ ਵਿਰੋਧ ਆ ਜਾਂ ਜਿਹੜੇ ਸੱਤ ਹਲਕਾ ਇੰਚਾਰਜ ਜਿਨ੍ਹਾਂ ਨੇ ਆਪਣੇ ਆਪਣੇ ਹਲਕੇ 'ਚ ਯੋਰ ਲਗਾ ਕੇ ਵੋਟਾਂ ਪਾਉਣੀਆਂ ਨੇ ਪੈਸੇ ਵੀ ਖਰਚ ਕਰਨੇ ਨੇ ਵਰਕਰ ਵੀ ਇਕੱਠੇ ਕਰਨੇ ਨੇ ਰੈਲੀਆਂ ਵੀ ਕਰਾਉਣੀਆਂ ਨੁਕੜ ਮੀਟਿੰਗਾਂ ਵੀ ਕਰਵਾਉਣੀਆਂ ਹੈਗੀਆਂ ਨੇ ਪੈਸਾ ਵੀ ਇਕੱਠਾ ਕਰਨਾ ਸ਼ਰਾਬਾਂ ਵੀ ਪੀਣਗੇ ਸਾਰੇ ਪਾਰਟੀਆਂ ਸ਼ਰਾਬਾਂ ਪੀਉਂਦੀਆਂ दारू ਸਿੱਕਾ ਵੀ ਚੱਲਦਾ ਗਰੀਬਾਂ ਚ ਪੈਸੇ ਵੀ ਵੰਡੇ ਜਾਣਗੇ ਜਦ ਉਹ ਹੀ ਲੋਕ ਨੇ ਚੋਣਗੇ ਤੇ ਜੇ ਉਹਨਾਂ ਦੇ ਲੋਕਾਂ ਦੀ ਉਮੀਦ ਤੋਂ ਬਾਹਰ ਜਾ ਕੇ ਤੁਸੀਂ ਜੇ ਉਮੀਦਵਾਰ ਦਾ ਐਲਾਨ ਕਰਦੇ ਤਾਂ ਹਾਰ ਹੁੰਦੀ ਐ ਇਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦੀ ਮੈਨੂੰ ਲੱਗਦਾ ਕਿ ਟਿਕਟ ਕੱਟੀ ਗਏ ਪਰਮਿੰਦਰ ਸਿੰਘ ਢੀਂਡਸਾ ਨੂੰ ਝਟਕਾ ਹੋ ਸਕਦਾ ਹਾਂ ਇਹ ਵੀ ਹੋ ਸਕਦਾ ਕਿ ਉਹ ਆਪਣਾ ਲੜ ਉਹਨਾਂ ਨੂੰ ਵੀ ਲੱਗਦਾ ਹਾਂ ਉਹ ਵੀ ਮੇਰਾ ਸਵਾਲ ਸੀ ਕਿ ਕੀ ਪਤਾ ਸਹਿਮਤੀ ਬਣਾਈ ਗਈ ਹੋਵੇ ਦੋਵਾਂ ਨੂੰ ਬਿਠਾ ਕੇ ਵੀ ਐਦਕੀ ਤੁਸੀਂ ਅਸੀਂ ਚੋਣਾ ਸਰ ਨੂੰ ਪ੍ਰੋਮਿਸ ਕਰ ਚੁੱਕੇ ਸੀ ਪਹਿਲੇ ਤਕਲੀਫਤ 27 ਦੇ ਵਿੱਚ ਜਿਹੜੀ ਵੀ ਵਿਧਾਨ ਸਭਾ ਆਏਗੀ ਚੋਣਾਂ ਆਣਗੀਆਂ ਉਹ ਤੁਸੀਂ ਜਿਹੜੀ ਇਸ ਤੁਹਾਨੂੰ ਸੀਟ ਮੰਗੋਗੇ ਅਸੀਂ ਤੁਹਾਨੂੰ ਦੇ ਦੇਵਾਂਗੇ ਇਹ ਵੀ ਹੋਏਗੀ ਕਿ ਤਾਂ ਸਹਿਮਤੀ ਨਹੀਂ ਇਹ ਤਾਂ ਨਹੀਂ ਦੇਖੋ ਉਹ ਟਿਕਟ ਤੇ ਉਹਨਾਂ ਮਿਲ ਜਾਊਗੀ ਪਰਮਿੰਦਰ ਸਿੰਘ ਢੀਂਡਸਾ ਉਹਦੇ ਉੱਤੇ ਹੋ ਗਿਆ ਕਿ ਉਹਨੇ ਸੰਗਰੂਰ ਤੋਂ ਲੜਨੀ ਸ਼ਹਿਰ ਚੋਂ ਜਾਂ ਸਨਾਮ ਤੋਂ ਲੜਨੀ ਜਾਂ ਲਹਿਰੇਗਾ ਕੇ ਤੋਂ ਲੜਨੀਆ ਹੋ ਸਕਦਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਜਾਂ ਸੁਦੇਸ਼ ਸਿੰਘ ਢੀਂਡਸਾ ਦੇ ਮਨਚੇ ਵੀ ਖਿਆਲ ਹੋਵੇ ਕਿ ਕਾਲੀ ਦਲ ਦੇ ਹਾਲਾਤ ਵੀ ਮਾੜੇ ਨੇ ਪੰਜਾਬ ਚ ਜਿਵੇਂ ਭਾਜਪਾ ਦੇ ਹਾਲਾਤ ਮਾੜੇ ਨੇ ਉਵੇਂ ਕਾਲੀ ਦਲ ਦੇ ਹਾਲਾਤ ਵੀ ਮਾੜੇ ਨੇ ਕਿ ਆਪਾਂ ਜ਼ਰੂਰ ਹਾਰਨੀ ਆ ਇਲੈਕਸ਼ਨ ਆਪਾਂ ਜਦੋਂ ਕਾਲੀ ਦਲ ਚੜ੍ਹਦੀ ਕਲਾ ਚ ਆ ਜੂਗਾ ਉਦੋਂ ਆਪਾਂ ਲੜ ਲਾਂਗੇ ਕਿਉਂਕਿ ਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੂੰ ਹਜੇ ਵੀ ਆਪਣੇ ਆਪ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਅਸੀਂ ਜਿੱਤ ਸਕਦੇ ਹਾਂ ਜਾਂ ਸਾਡੀ ਪਾਰਟੀ ਜਿੱਤ ਸਕਦੀ ਹੈਗੀ ਆ ਉਹ ਵਿਸ਼ਵਾਸ ਹੀ ਖਤਮ ਹੋ ਚੁੱਕਾ ਕਾਲੀ ਦਲ ਨੂੰ ਜਿਹੜੀਆਂ ਨੀਤੀਆਂ ਤੇ ਕੰਮ ਕਰਨਾ ਚਾਹੇ ਉਹ ਹਾਲੇ ਵੀ ਨਹੀਂ ਕਰ ਰਿਹਾਗੇ ਹਜੇ ਵੀ ਉਹ ਡਬਲ ਮਾਈਂਡਡ ਹੋਏ ਪਏ ਨੇ ਇਲੈਕਸ਼ਨ ਹੈ ਕਲੀਅਰ ਕਟਾ ਕਿ ਤੁਹਾਡੀ ਸਾਹਮਣੇ ਮੰਜ਼ਲ ਕੀ ਹੈ 13 ਉਮੀਦਵਾਰ ਨੇ ਪਾਰਲੀਮੈਂਟ ਅਗੇ ਸਾਡੇ ਕਿੰਨੇ ਬੰਦੇ ਪਹੁੰਚਨੇ ਹੈਗੇ ਤੇ ਤੁਸੀਂ ਹੱਲੇ ਵੀ ਇਹ ਸੋਚ ਕੇ ਬੈਠੇ ਹੋਗੇ ਨੇ ਤੇ ਸ਼ਾਇਦ ਪਰਮਿੰਦਰ ਸਿੰਘ ਢੀਂਡਾ ਸਾਹਿਬ ਢੀਂਡਾ ਪਰਿਵਾਰ ਨੂੰ ਲੱਗਦਾ ਹੋਊਗਾ ਕਿ ਕਾਲੀ ਦਲ ਦੀ ਹਾਲੇ ਜਿਹੜੀ ਸਥਿਤੀ ਆ ਉਹ ਇੰਨੀ ਸਮੇਂ ਦੇ ਹਿਸਾਬ ਦੇ ਨਾਲ ਅਨੁਕੂਲ ਨਹੀਂ ਆ ਉਹ ਸੋਚ ਕੇ ਹੋ ਸਕਦਾ ਹੈ ਕਿ ਉਹਨਾਂ ਨੇ ਖੋਦ ਹੀ ਕਹਿ ਦਿੱਤਾ ਹੋਵੇ ਪਰ ਟਿਕਟ ਜੇ ਪਾਰਟੀ ਕਾ ਵੀ ਤੇ ਲੜਨੀ ਪੈਂਦੀ ਹੈਗੀ ਹੈ ਪਾਰਟੀ ਦੇ ਵਿੱਚ ਆਪਣੀ ਮਜਬੂਰੀ ਆਪਣੀਆਂ ਮਨਮਰਜ਼ੀਆਂ ਤੇ ਚੱਲਦੀਆਂ ਨਹੀਂ ਆਈਆਂ ਪਰ ਕਿਤੇ ਨਾ ਕਿਤੇ ਲੱਗਦਾ ਕਿ ਬਹੁਤ ਸਾਰੇ ਪਾਰਟੀ ਦੇ ਜਿਹੜੇ ਉੱਥੋਂ ਦੇ ਲੋਕਲ ਹਲਕਾ ਇੰਚਾਰਜ ਜਿਹੜੇ ਲੋਕ ਸਭਾ ਸੰਗਰੂਰ ਦੇ ਅਧੀਨ ਨੌਂ ਵਿਧਾਨ ਸਭਾ ਹਲਕੇ ਨੇ ਉਹਨਾਂ ਦਾ ਸੱਤਾ ਦਾ ਤੇ ਸਾਫ਼ ਸੀ ਕਿ ਇਕਬਾਲ ਸਿੰਘ ਝੁੰਡਾ ਨੂੰ ਚਾਹੁੰਦੇ ਇਕਬਾਲ ਸਿੰਘ ਝੁੰਡਾ ਕੰਮ ਵੀ ਕਰ ਰਹੇ ਨੇ ਜਦੋਂ ਤੋਂ ਕਾਲੀ ਦਲ ਨੂੰ ਛੱਡਿਆ ਢੀਂਡਸਾ ਪਰਿਵਾਰ ਨੇ ਉਦੋਂ ਦੀ ਉਹ ਜ਼ਿਲ੍ਹੇ ਦੀ ਬਾਗਡੋਰ ਇਨ ਇਕਬਾਲ ਸਿੰਘ ਝੁੰਦਾ ਕੋਲ ਰ ਇਕਬਾਲ ਸਿੰਘ ਝੁੰਦਾ ਨੂੰ ਇਸ ਕਮੇਟੀ ਦੇ ਚੇਅਰਮੈਨ ਵੀ ਬਣਾਏ ਗਏ ਸੀ ਜਿਸ ਨੂੰ ਉਹਨਾਂ ਨੇ ਰੂਪਰੇਖਾ ਹੈ ਕਿ ਕਾਲੀ ਦਲ ਦੀ ਲੀਡਰਸ਼ਿਪ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਜਾਂ ਕਾਲੀ ਦਲ ਨੂੰ ਕੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੇ ਇਸ ਕਰਕੇ ਉਹ ਐਮਐਲਏ ਵੀ ਰਹਿ ਚੁੱਕੇ ਨੇ ਔਰ ਇੱਕ ਬੜੇ ਸ਼ਰੀਫ ਜਿਹਾ ਪੋਲਿਟਿਸ਼ੀਅਨ ਨੇ ਸਾਰਿਆਂ ਨੂੰ ਮਿਲਣ ਵਾਲੇ ਨੇ ਹਾਲਾ ਕਿ ਟੀ ਪਰਿਵਾਰ ਵੀ ਮਿਲਣ ਆਲਾ ਲੇਕਿਨ ਢੀਂਟਾ ਸਾਹਿਬ ਆਪ ਹੀ ਸਿਆਸਤ ਚ ਉਹਨਾਂ ਨੇ ਆਊਟ ਹੋਏ ਨੇ ਉਹ ਖੁਦ ਹੀ ਹੋਏ ਨੇ ਜਾਂਦੇ ਸੁਬੀਰ ਨੂੰ ਕਹਿ ਕੇ ਗਏ ਸੀ ਕਿ ਕਹਿੰਦੇ ਸੀਗੇ ਜਦ ਤੱਕ ਸੁਬੀਰ ਸਿੰਘ ਬਾਦਲ ਪਰਵਧਾਨ ਰਹੂਗਾ ਅਸੀਂ ਨਹੀਂ ਆਂਦੇ ਇਹ ਛੱਡ ਕੇ ਗਏ ਸੀ ਨਾ ਚਾਹੇ ਏ ਸੀ ਚਾਹੇ ਸੇਵਾ ਸਿੰਘ ਸੇਖਵਾ ਸਾਹਿਬ ਚਾਹੇ ਬ੍ਰਹਮਪੁਰਾ ਸਾਹਿਬ ਸੀ ਚਾਹੇ ਰਤਨ ਸਿੰਘ ਜਨਾਲਾ ਹੌਲੀ ਹੌਲੀ ਸਾਰੇ ਆ ਗਏ ਉਹ ਫਿਰ ਮੂਲ ਘਟ ਜਾਂਦਾ ਹੈਗਾ ਨਾ ਕਦਰ ਘਟ ਜਾਂਦੀ ਮੈਨੂੰ ਲੱਗਦਾ ਕਿ ਐਨ ਮੌਕੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ 2022 ਵਾਲੀ ਚੋਣ ਨਹੀਂ ਲੜਨੀ ਚਾਹੀਦੀ ਸੀ ਕਿਉਂਕਿ ਜ਼ਿੰਦਗੀ ਦੇ ਉਸ ਮੋੜ ਦੇ ਵਿੱਚ ਆਏ ਜਿਹੜੀ ਉਹਨਾਂ ਨੂੰ ਨਹੀਂ ਲੜਨੀ ਚਾਹੀਦੀ ਤੇ ਉਸ ਜ਼ਿੰਦਗੀ ਦੇ ਮੋੜ ਤੇ ਆ ਕੇ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਵੀ ਇਹ ਗਲਤੀ ਕੀਤੀ ਕਿ ਕਾਲੀ ਦਲ ਛੱਡ ਦਿੱਤਾ ਹੈਗਾ ਜੇ ਛੱਡਿਆ ਹੀ ਤੇ ਫਿਰ ਛੱਡ ਕੇ ਜਾਂਦੇ ਫਿਰ ਦੁਬਾਰਾ ਕਾਲੀ ਦਲ ਚਨਾ ਵਾਪਸ ਜਾਂਦੇ ਹੈਗੇ ਇੱਕ ਆਪਣਾ ਜਿਹੜੇ ਮੰਤਰੀ ਸਾਹਿਬ ਨੇ ਲਾਲਜੀਤ ਭੁੱਲਰ ਇਹਨਾਂ ਦੀ ਮਤਲਬ ਕੀ ਹੋ ਗਿਆ ਇਹ ਬੜੇ ਪੁੱਠੇ ਸਿੱਧੇ ਬਿਆਨ ਦੇ ਰਹੇ ਨੇ ਭਾਸ਼ਣ ਦੇ ਰਹੇ ਨੇ ਕਦੀ ਕਿਸੇ ਜਾਤੀ ਦੇ ਖਿਲਾਫ ਬੋਲਦੇ ਹੈਗੇ ਨੇ ਇਕਦੀ ਇੱਕ ਐਮਐਲਏ ਸਾਬ ਕਾ ਐਮਐਲਏ ਹਰਮਿੰਦਰ ਗਿੱਲ ਜਿਹੜੇ ਕਾਂਗਰਸੀ ਲੀਡਰ ਹੈਗੇ ਨੇ ਉਹਨਾਂ ਦੇ ਖਿਲਾਫ ਬੜੇ ਪਰਸਨਲੀ ਜਿਹੜੀ ਉਹਨਾਂ ਨੇ ਭਾਸ਼ਣबाजी ਕੀਤੀ ਉਹ ਖੈਰ ਬਰਦਾਸ਼ਤ ਵੀ ਨਹੀਂ ਕੀਤੀ ਜਾ ਸਕਦੀ ਇਹ ਹੋਇਆ ਕੀ ਇਹਨਾਂ ਨੂੰ ਇਹਨਾਂ ਦੀ ਮਤ ਨੂੰ ਕੀ ਹੋ ਗਿਆ ਕਿ ਮਤ ਮਾਰੀ ਗਈ ਹੈਗੀ ਇਹਨਾਂ ਲੀਡਰਾਂ ਦੀ ਕਹਿੰਦੇ ਜਿਹੜੀ ਸੱਤਾ ਹੁੰਦੀ ਜਾਂ ਸੱਤਾ ਦਾ ਜਿਹੜਾ ਨਸ਼ਾ ਹੁੰਦਾ ਜਿਹੜੀ ਕੁਰਸੀ ਹੁੰਦੀ ਉਹ ਕਿਸੇ ਕਿਸੇ ਨੂੰ ਪੱਚਦੀ ਹੈਗੀ ਆ ਤੁਹਾਨੂੰ ਹਲੀਮੀ ਸਾਦਕੀ ਟਰਮਾ ਸੰਜੀਦਗੀ ਗੰਭੀਰਤਾ ਦਿਖਾਉਣੀ ਪੈਂਦੀ ਹੈ ਇੱਕ ਚੰਗਾ ਪੋਲਿਟਿਸ਼ੀਅਨ ਬਣਨ ਵਾਸਤੇ ਪਰ ਜਿਹੋ ਜੇ ਸਾਡੇ ਅੱਜ ਅੱਜਕੱਲ੍ਹ ਪੰਜਾਬ ਦੇ ਲੀਡਰ ਬੋਲ ਕਬੋਲ ਬੋਲ ਰਹੇ ਨੇ ਇੱਕ ਦੂਜੇ ਕੋ ਖਲਾਪ ਸਿਆਣੇ ਕਹਿੰਦੇ ਹੁੰਦੇ ਕਿ ਤੂੰ ਮੈਨੂੰ ਮੂੰਹ ਕੱਢ ਮੈਂ ਤੈਨੂੰ ਪਿੰਡੋ ਕਢਾਉਂਦੀਆਂ ਉਹ ਗੱਲ ਜਿਹ ਲਾਲਜੀਤ ਸਿੰਘ ਭੁੱਲਰ ਸਾਹਿਬ ਨੇ ਕੀਤੀ ਹੈਗੀ ਇੱਕ ਜਿਹੜੀ ਉਹਨਾਂ ਨੇ ਸਪੀਚ ਦਿੱਤੇ ਠੀਕ ਆ ਤੁਸੀਂ ਮੰਤਰੀ ਹੋ ਮੰਤਰੀ ਬਣ ਕੇ ਰੱਬ ਨਹੀਂ ਕੋਈ ਬਣ ਸਕਦਾ ਹੈਗਾ ਐਮਐਲਏ ਬਣ ਕੇ ਕੋਈ ਰੱਬ ਨਹੀਂ ਬਣ ਸਕਦਾ ਪਰ ਦੁਖਾਂਤ ਸਾਡੇ ਦੇਸ਼ ਦਾ ਹੈ ਕਿ ਐਮਐਲਏ ਛੱਡੋ ਮੰਤਰੀ ਛੱਡੋ ਇੱਥੇ ਇੱਕ ਕਾਉਂਸਲਰ ਜਾਂ ਪਿੰਡ ਦਾ ਸਰਪੰਚ ਬਣ ਕੇ ਵੀ ਰੱਬ ਬਣ ਜਾਂਦਾ ਹੈ ਜਦੋਂ ਰੱਬ ਬਣਨ ਦੀ ਕੋਸ਼ਿਸ਼ ਕਰਦੇ ਤੇ ਫਿਰ ਰੱਬ ਤੁਹਾਡੀ ਮੱਤ ਮਾਰਦਾ ਹੈਗਾ ਤੇ ਲਾਲਜੀਤ ਸਿੰਘ ਭੁੱਲਰ ਜੀ ਵੀ ਉਹਨਾਂ ਦੇ ਸਾਹਮਣੇ ਪਰਚੀਆਂ ਰੱਖੀਆਂ ਜਾਣ ਰਹੀਆਂ ਸੀ ਜਿਵੇਂ ਕਿਸੇ ਉਹਨਾਂ ਦਾ ਕੋਈ ਵਰਕਰ ਕੋਲ ਪਰਚੀ ਜਿਹੜੀ ਰੱਖੀ ਹੈਗੀ ਉਸ ਪਰਚੀ ਕਰਕੇ ਹੀ ਲਾਲਜੀਤ ਸਿੰਘ ਭੁੱਲਰ ਦੀ ਮੱਤ ਮਾਰੀ ਗਈ ਹੈਗੀ ਉਹਦੇ ਸਾਹਮਣੇ ਪਰਚੀ ਰੱਖੀ ਕਿਸੇ ਨੇ ਉਹ ਪਰਚੀ ਤੇ ਕਿਸੇ ਨੇ ਪੁਆਇੰਟ ਲਿਖਿਆ ਹੋਊਗਾ ਲਾਲਜੀਤ ਸਿੰਘ ਭੁੱਲਰ ਉਹੀ ਬੋਲ ਗਏ ਤੁਸੀਂ ਕਿਸੇ ਦੀ ਜਾਤ ਤੋਂ ਕੀ ਲੈਣਾ ਹੈ ਸਿਆਣੇ ਕੀ ਕਹਿੰਦੇ ਹੈਗੇ ਨੇ ਕਿਸੇ ਦੇ ਧਰਮ ਬਾਰੇ ਨਾ ਬੋਲੋ ਕਿਸੇ ਦੇ ਜਾਤ ਬਾਰੇ ਨਾ ਬੋਲੋ ਕਿਸੇ ਦੇ ਮਾਪਿਆਂ ਬਾਰੇ ਨਾ ਬੋਲੋ ਕਿਸੇ ਦੇ ਬੱਚਿਆਂ ਬਾਰੇ ਨਾ ਬੋਲੋ ਤੇ ਕਿਸੇ ਦੀ ਘਰ ਵਾਲੀ ਬਾਰੇ ਨਾ ਬੋਲੋ ਜੇ ਤੁਸੀਂ ਇਹ ਪੰਜ ਇਹਨਾਂ ਪਹਿਲੂਆਂ ਤੇ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਲਿਆਗਾ ਤੇ ਤੁਹਾਡੇ ਵਰਗਾ ਕੋਈ ਬੰਦਾ ਨਹੀਂ ਆਏਗਾ ਲਾਲਜੀਤ ਭੁੱਲਰ ਨੇ ਪੰਜੇ ਕੀਤੇ ਉਹ ਸਾਬਕਾ ਐਮਐਲਏ ਹਰਮਿੰਦਰ ਸਿੰਘ ਗਿੱਲ ਉਹਦੇ ਬਾਰੇ ਗੰਦੇ ਬੋਲ ਬੋਲੇ ਉਹਨਾਂ ਦੇ ਟੱਬਰ ਬਾਰੇ ਬੋਲੇ ਹੈਗੇ ਕੀ ਬੋਲਣਾ ਹੈ ਤੁਹਾਡੀ ਲੜਾਈ ਜੇ ਹੈ ਨਾ ਜੇ ਤੁਸੀਂ ਕਹਿੰਦੇ ਕਿ ਮੈਂ ਲੋਹਰੀਆ ਜੱਟ ਫਿਰ ਜੱਟਾਂ ਵਾਲੀ ਲੜਾਈ ਹੋਣੀ ਚਾਹੀਦੀ ਹੈ ਜਨਾਨੀਆਂ ਤੇ ਜਿਹੜੇ ਲੜਦੇ ਨਾ ਲੜਾਈ ਉਹ ਉਹ ਨਹੀਂ ਫਿਰ ਜੱਟਾਂ ਵਾਲੀ ਗੱਲ ਆ ਗਈ ਹੈ ਨਾ ਪਰ ਤੁਸੀਂ ਜਾਤਾਂ ਨਾਲ ਰਹੇ ਆ ਯਾਰ ਉਹ ਜੀ ਉਹ ਫਲਾਣਾ ਘੜਵਾਜੀ ਉਹ ਫਲਾਣਾ ਹੈਗਾ ਕੀ ਹੈ ਤੁਸੀਂ ਜੇ ਹੈ ਮੰਤਰੀ ਬਣਗੇ ਤੇ ਰੱਬ ਲੱਗ ਗਿਆ ਯਾਰ ਕਮਾਲ ਹੋ ਗਈ ਹੈ ਘੱਟੂ ਘੜ ਜੇ ਤੁਹਾਡੇ ਕੋ ਰੱਬ ਨੇ ਤੁਹਾਨੂੰ ਤੁਹਾਡੇ ਕਰਮਾਂ ਦੇ ਵਿੱਚ ਰਾਜ ਲਿਖਿਆ ਸੀ ਤੁਸੀਂ ਪਤਾ ਨਹੀਂ ਚਲੋ ਵਿਸ਼ਵਾਸ ਤੇ ਕਈ ਕਰਦੇ ਕਿ ਨਹੀਂ ਕਰਦੇ ਹੈਗੇ ਜੋ ਤੁਸੀਂ ਪਿੱਛੇ ਕਰਮ ਚੰਗੇ ਕੀਤੇ ਸੀ ਤੁਸੀਂ ਉਹਦਾ ਅੱਜ ਉਸ ਰਾਜ ਕਰ ਰਹੇ ਹੋ ਤੁਸੀਂ ਪਹਿਲੀ ਵਾਰ ਐਮਐਲਏ ਬਣੇ ਪਹਿਲੀ ਵਾਰ ਮંત્રી ਬਣ ਕੇ ਪਾਵਰਫੁਲ ਮੰਤਰੀ ਟਰਾਂਸਪੋਰਟ ਰੂਰਲ ਡਿਵੈਲਪਮੈਂਟ ਤੇ ਘੱਟੂ ਘੜ ਸ਼ੈਣ ਸ਼ੀਲਤਾ ਵੀ ਸਿੱਖ ਲੈਣੀ ਚਾਹੀਦੀ ਹੈ ਟਰਮਾਂ ਵੀ ਸਿੱਖ ਲੈਣਾ ਚਾਹੀਦਾ ਠੀਕ ਹੈ ਉਹਨੇ ਇੱਕ ਹਰਮਿੰਦਰ ਸਿੰਘ ਗਿੱਲ ਉਹਨਾਂ ਨੇ ਕੰਮ ਕੀਤਾ ਕਿ ਨਹੀਂ ਕੀਤਾ ਜੇ ਉਹਨੇ ਨਹੀਂ ਕੀਤਾ ਸੀ ਤੇ ਤੈਨੂੰ ਜਿਤਾ ਕੇ ਭੇਜ ਦਿੱਤਾਗਾ ਪਰ ਤੁਸੀਂ ਉਹਦੀਆਂ ਜੇਲਾਂ ਦੇ ਵਿੱਚ ਕੀ ਕੁਝ ਕਰਦੇ ਰਹੇ ਨੇ ਕੀ ਗਵਾਹ ਸਬੂਤ ਨੇ ਕੀ ਗਵਾਹੀਆਂ ਨੇ ਉਹ ਤੁਸੀਂ ਮੂੰਹ ਆਪਣੇ ਗੰਦੇ ਬੋਲ ਬੋਲੇ ਟੱਬਰਾਂ ਬਾਰੇ ਗੰਦੇ ਬੋਲ ਬੋਲੇ ਤੁਸੀਂ ਹੁਣ ਪੰਜਾਬ ਦੀ ਸਿਆਸਤ ਕੀ ਧੀਆਂ ਪੁੱਤਾਂ ਦੇ ਤੇ ਘਰ ਵਾਲੀਆਂ ਤੇ ਰਹਿ ਗਈ ਹੈਗੀ ਯਾਰ ਸ਼ਰਮ ਚਾਹੀਦੀ ਪੰਜਾਬ ਦੇ ਲੀਡਰਾਂ ਨੂੰ ਤੁਸੀਂ ਕਰ ਕੀ ਰਹੇ ਹੋ ਨੇ ਕਿੱਡੇ ਕਿ ਤੁਸੀਂ ਇਹ ਬੋਲ ਬੋਲ ਕੇ 나ਡੂਖਾਂ ਬਣ ਗਿਓ ਪੰਜਾਬ ਦੇ ਲੀਡਰ ਬਣ ਗਿਓ ਤੁਹ ਤੜਦਾਰੂ ਤੋਂ ਬਾਅਦ ਘਟਿਆ ਹੈਗਾ ਤੁਹਾਡੀ ਉਹ ਵੀਡੀਓ ਤੁਹਾਡੇ ਪਰਿਵਾਰ ਨੇ ਵੀ ਸੁਣੀ ਹੋਗੀ ਸਾਰੀ ਦੁਨੀਆ ਨੇ ਸੁਣੀ ਹੋਗੀ ਤੁਹਾਨੂੰ ਕਿਸੇ ਨੇ ਚੰਗਾ ਕਹਿਊਗਾ ਉੱਥੇ ਜ਼ਰੂਰ ਕਿਸੇ ਨੇ ਜਕਾਰੇ ਛੜਤੇ ਉਹਨੇ ਫੂਕ ਛਕਾਉਂਦੇ ਔਰ ਲਾਲਜੀਤ ਸਿੰਘ ਭੁੱਲਰ ਸਾਹਿਬ ਮੰਤਰੀ ਫੂਕ ਛਕਣ ਸ਼ੱਕ ਕੇ ਤੁਸੀਂ ਖੁਸ਼ ਹੋ ਗਏ ਨੇ ਉਹ ਜਿਹੜੇ ਤੈਨ ਤੁਹਾਨੂੰ ਕਿਸੇ ਨੇ ਪਰਚੀ ਦਿੱਤੀ ਜਿਹੜੀ ਪਰਚੀ ਪੜ੍ਹ ਕੇ ਤੁਸੀਂ ਟੱਬਰ ਨੌਲੇ ਆ ਗਏ ਨੇ ਉਹ ਕਿੰਨਾ ਕੀ ਸਿਆਣਾ ਸੀ ਜੇ ਉਹ ਉਹਦੀ ਮੱਤ ਮਾਰੀ ਗਈ ਹੈ ਤੁਸੀਂ ਤੇ ਮੰਤਰੀ ਹੋ ਨਾ ਤੁਹਾਡੀ ਮੱਤ ਨਹੀਂ ਮਾਰਨੀ ਚਾਹੀਦੀ ਹੈਗੀ ਤੂੰ ਹੀ ਉਹ ਪਰਚੀ ਪਾੜ ਕੇ ਸੁੱਟ ਦੇ ਉਲਟਾ ਉਹਨੂੰ ਝਾੜ ਦੇ ਕਿ ਤੂੰ ਯਾਰ ਮੇਰੇ ਸਾਹਮਣੇ ਕੀ ਗੰਦੀਆਂ ਪਰਚੀਆਂ ਇਸ਼ਾਰੇ ਕਰ ਰਿਹਾ ਹੈਗਾ ਇਹਦੇ 'ਚ ਮੈਨੂੰ ਲੱਗਦਾ ਕਿ ਹਰਮਿੰਦਰ ਸਿੰਘ ਗਿੱਲ ਸਾਹਿਬ ਦਾ ਕੁਛ ਨਹੀਂ ਘਸਿਆ ਹੈਗਾ ਨੁਕਸਾਨ ਸਿਆਸੀ ਤੌਰ ਤੇ ਲਾਲਜੀਤ ਸਿੰਘ ਪੁੱਲਰ ਦਾ ਹੋਇਆ ਪਿੱਛੇ ਜੇ ਇੱਕ ਇਹਨਾਂ ਦੇ ਹੋਰ ਐਮਐਲਏ ਦੀ ਵੀਡੀਓ ਵਾਇਰਲ ਹੋਈ ਉਹ ਐਮਐਲਏ ਨੇ ਜਿਹੜੇ ਉੱਥੋਂ ਜਿੱਥੋਂ ਵਿਰਸਾ ਸਿੰਘ ਵਲਟੋਵਾ ਸਾਹਿਬ ਜਿੱਤੇ ਤੇ ਜਾਂ ਗੁਰਜੀਤ ਖੇਮਕਰ ਜਿਹੜੇ ਸੁਖਪਾਲ ਸਿੰਘ ਪੁੱਲਰ ਨਹੀਂ ਜਿੱਤ ਰਹੇ ਉੱਥੋਂ ਜਿਹੜੇ ਕੀ ਉਹਨਾਂ ਦੇ ਨਾਮ ਐਮਐਲਏ ਦਾ ਸਰਵਨ ਸਿੰਘ ਤੁਨੂ ਸਾਹਿਬ ਉਹ ਵੀ ਉਹ ਲਾਲਜੀਤ ਸਿੰਘ ਪੁੱਲਰ ਵਾਲੇ ਬੋਲਦੇ ਹੈਗੇ ਅਸੀਂ ਵੋਟਾਂ ਨੂੰ ਲੈ ਕੇ ਆ ਗਏ ਯਾਰ ਕੀ ਕਿਹੋ ਜਿਹਾ ਘੱਟੋ ਘੱਟ ਆਪਾਂ ਆਪਣੀ ਜਿਹੜੀ ਜ਼ੁਬਾਨ ਤੇ ਕੰਟਰੋਲ ਕਰਨਾ ਚਾਹੀਦਾ ਹੈਗਾ ਨਾ ਮੈਨੂੰ ਲੱਗਦਾ ਹੈ ਕਿ ਲਾਲਜੀਤ ਸਿੰਘ ਪੁੱਲਰ ਨੇ ਤੇ ਮਾਫੀ ਮੰਗ ਲਈ ਹੈ ਜਿਹੜੀਆਂ ਉਹਨਾਂ ਨੇ ਦੋ ਜਾਤਾਂ ਬਾਰੇ ਮਾੜੇ ਬੋਲ ਬੋਲੇ ਨੇ ਨੌਲੇ ਨੇ ਪਰ ਹਰਮਿੰਦਰ ਸਿੰਘ ਗਿੱਲ ਦੇ ਟੱਬਰ ਕੋ ਵੀ ਮਾਫੀ ਮੰਗ ਲੈਣੀ ਚਾਹੀਦੀ ਹੈਗਾ ਯਾਰ ਲੜਾਈ ਲੜਨੀ ਬੰਦਿਆਂ ਨਾਲ ਲੜਾਈ ਲੜੀ ਜਾਂਦੀ ਜਨਾਨੀਆਂ ਦੇ ਨਾਲ ਕੜੀ ਜਨਾਨੀਆਂ ਨੂੰ ਨੌਲ ਕੇ ਤੁਸੀਂ ਕੀ ਖਾਬਦ ਕਰਨਾ ਚਾਹੁੰਦੇ ਪੰਜਾਬ ਦੀ ਸਿਆਸਤ ਦਾ ਹਿੱਸਾ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਹਰਮਿੰਦਰ ਸਿੰਘ ਗਿੱਲ ਸਾਹਿਬ ਦਾ ਵੀ ਜਿਗਰਾ ਉਹਨੇ ਮਾਫ ਹੀ ਕਰ ਦਿੱਤਾ ਹੈਗਾ ਇਸ ਤੋਂ ਵੱਡੀ ਮੈਨੂੰ ਲੱਗਦਾ ਹੈ ਕਿ ਲਾਲਜੀਤ ਭੁੱਲਰ ਵਾਸਤੇ ਇੱਕ ਸਬਕ ਨਹੀਂ ਹੋ ਸਕਦਾ ਹੈ ਤੁਹਾਡੀ ਸਿਆਸੀ ਸ਼ਰੀਕ ਹੋ ਸਕਦੇ ਨਹੀਂ ਹੈ ਤੁਹਾਡੀ ਵਿਚਾਰਧਾਰਾ ਦੀ ਲੜਾਈ ਹੋਣੀ ਚਾਹੀਦੀ ਹੈ ਟੱਬਰਾਂ ਨੂੰ ਕਦੇ ਵਾਸਤੇ ਕਿਸੇੜਦੇ ਕਿ ਜਿਹੜਾ ਵੀ ਮਰਜ਼ੀ ਸਵੇਰੇ ਉੱਠ ਕੇ ਦੇਖ ਲੋ ਪੰਜਾਬ ਦਾ ਪੋਲਿਟਿਸ਼ੀਅਨ ਮੈਂ ਕਹਿੰਦਾ ਮਾਤੀ ਮਾਰੀ ਗਿਆ ਇਹ ਪੰਜਾਬ ਦੇ ਲੀਡਰ ਹੈ ਕਿ ਮੈਨੂੰ ਸਮਝਿਲਾਦੀ ਕਿ ਹੈ ਕੌਣ ਨੇ ਕਿ ਬੱਚਿਆਂ ਤੋਂ ਲੈ ਕੇ ਘਰ ਵਾਲੀਆਂ ਤੱਕ ਭੈਣ ਭਰਾਵਾਂ ਤੱਕ ਯਾਰ ਕੀ ਆ 3ਾਂ ਦੇ ਪਰਚੇ ਦਰਜ ਹੋ ਰਹੇ ਨੇ ਪਿੱਛੇ ਜੋ ਉਹ ਜਿਹੜੇ ਉਹਦਾ ਨਾਮ ਸੀ ਭਾਨਾ ਸੀ ਉਹਨਾਂ ਦੀਆਂ ਭੈਣਾਂ ਜਿਹੜੀਆਂ ਡਿਊਟੀ ਕਰੀ ਉਹਨਾਂ ਦੇ ਪਰਚੇ ਦਰਜ ਇਹ ਪੰਜਾਬ ਦੀ ਸਿਆਸਤ ਆ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਵਾਕਏ ਕਹਿੰਦੇ ਹੈ ਕਿ ਲੋਹਰੀਏ ਮੈਂ ਜੱਟ ਆ ਮੈਂ ਵੱਡੀ ਸਰੀਹਾਲੀ ਦਾ ਪੰਨੀ ਛੋਟੀ ਸਰੀਹਾਲੀ ਦਾ ਜੱਟ ਯਾਰ ਇਹ 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 ਕੀ ਹੈ ਕੋਈ ਸ਼ੱਕ ਆ ਜੇ ਤੂੰ ਭਰਾ ਜੱਟਾਂ ਤੇ ਜਾਟ ਹੀ ਰਹੇਗਾ ਨਾ ਜੇ ਦੁੱਤੀਆਂ ਜਾਤਾਂ ਨਾਲ ਕੇ ਮੈਨੂੰ ਲੱਗਦਾ ਕਿ ਉਹਨਾਂ ਨੇ ਚੰਗੜ ਕੀਤਾ ਮਾਫੀ ਤੋਂ ਉਹਨਾਂ ਮੰਗ ਲਈ ਦੋ ਜਾਤਾਂ ਨੂੰ ਲੈ ਕੇ ਜਿਹੜੇ ਇੱਕ ਤਰਖਾਨ ਭਾਈਚਾਰੇ ਨੂੰ ਲੈ ਕੇ ਮਾਫੀ ਮੰਗੇ ਇੱਕ ਆਪਣੇ ਸੁਨਿਆਰਾ ਭਾਈਚਾਰੇ ਨੂੰ ਲੈ ਕੇ ਮਾਫੀ ਮੰਗ ਲਈ ਹੈ ਪਰ ਜਿਹੜਾ ਲੈਜਾ ਸੀ ਨਾ ਲਾਲਜੀਤ ਭੁੱਲਰ ਸਾਹਿਬ ਦਾ ਉਹ ਲੈਜਾ ਮਾੜਾ ਸੀ ਉਹਨਾਂ ਕੋਲ ਤੋਂ ਮਾਫੀ ਮੰਗ ਲਈ ਮੈਨੂੰ ਲੱਗਦਾ ਕਿ ਉਸ ਪਰਿਵਾਰ ਕੋ ਵੀ ਮਾਫੀ ਮੰਗ ਲੈਣੀ ਚਾਹੀਦੀ ਜਿਹੜਾ ਤੁਸੀਂ ਜ਼ਿੰਮੇਬਰ ਕੀ ਯਾਰ ਕਮਾਲ ਕਰਦੇ ਇਹ ਕੀ ਹੈ ਮਦਲ ਜੇ ਅੱਜ ਤੁਹਾਡੇ ਕੋ ਪਾਵਰ ਹੈ ਤੇ ਤੁਸੀਂ ਪਾਵਰ 'ਚ ਰਹਿ ਕੇ ਜਿਹੜਾ ਮਿਸਯੂਜ਼ ਕਰ ਰਹੇ ਹੋ ਸ਼ਬਦਾਬਲੀ ਉਹ ਹੋਣੀ ਚਾਹੀਦੀ ਹੈ ਕਿ ਲੋਕ ਕਹਿਣ ਕਿ ਯਾਰ ਸਾਡੇ ਪੰਜਾਬ ਦੇ ਜਿਹੜੇ ਮਨਿਸਟਰ ਨਾ ਜਦੋਂ ਬੋਲਦੇ ਨੇ ਤੇ ਉਹਨਾਂ ਦੇ ਮੂੰਹੋਂ ਫੁੱਲ ਕਿਰਦੇ ਨੇ ਪਰ ਹੁਣ ਸਾਡੇ ਜਿਹੜੇ ਪੰਜਾਬ ਦੇ ਲੀਡਰ ਜਦੋਂ ਬੋਲਦੇ ਨਾ ਕੁਫਰ ਤੋਲਦੇ ਨੇ ਤੇ ਕੌੜੇ ਬੋਲ ਬੋਲਦੇ ਨੇ ਜ਼ਖਮਾਂ ਦੀ ਜਿਹੜੀ ਸੱਟ ਹੁੰਦੀ ਨਾ ਉਹਦੇ ਨਿਸ਼ਾਨ ਮਿਟ ਜਾਂਦੇ ਨੇ ਪਰ ਜਿਹੜੇ ਸ਼ਬਦਾਂ ਦੇ ਜਿਹੜੇ ਤੁਸੀਂ ਜ਼ਖਮ ਦਿੰਦੇ ਨੇ ਉਹ ਕਦੀ ਮਿਟਦੇ ਨਹੀਂ ਆਗੇ ਅੱਜ ਤੁਹਾਡੀ ਸਰਕਾਰ ਹੋ ਸਕਦਾ ਕੱਲ ਨੂੰ ਹਰਮਿੰਦਰ ਸਿੰਘ ਗਿੱਲ ਦੀ ਸਰਕਾਰ ਆ ਜੇ ਇਸ ਕਰਕੇ ਕੋਈ ਵੀ ਲੀਡਰ ਹੋਵੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਪਰਿਵਾਰਾਂ ਨੂੰ ਛੱਡ ਦੇਣਾ ਚਾਹੀਦਾ ਇਹੋ ਗੇੜੀਆਂ ਗਲਤੀਆਂ ਨਾ ਕੈਪਟਨ ਮਰਿੰਦਰ ਸਿੰਘ ਨੇ ਕੀਤੀਆਂ ਸੀ ਜਦੋਂ ਉਹ ਮੁੱਖ ਮੰਤਰੀ ਬਣੇ ਸੀ ਨਾ 2002 ਤੋਂ ਲੈ ਕੇ 2007 ਤੱਕ ਤੇ ਕੋਠੀਆਂ ਖਾਲੀ ਕਰਵਾਈਆਂਗੇ ਨਾ ਜਦੋਂ ਮੁੱਖ ਮੰਤਰੀ ਦੇ ਬੰਦੇ ਕੋਠੀਆਂ ਤੇ ਬਾਦਲ ਪਰਿਵਾਰ ਦੇ ਬੜਾ ਕੁਛ ਇਹਨਾਂ ਦਿਖਾ ਦਿੱਤਾ ਸੀ ਪਰ ਲੋਕਾਂ ਨੇ ਕੈਪਟਨ ਮਰਿੰਦਰ ਸਿੰਘ ਨੂੰ ਮਾਫ਼ ਨਹੀਂ ਕੀਤਾ ਸੀ ਤੇ ਪਿੱਛੇ ਜੇ ਜਦੋਂ ਆਮ ਆਦੀ ਪਾਰਟੀ ਨੇ ਜਦੋਂ ਕੋਠੀ ਖਾਲੀ ਕੀਤੀ ਗਈ ਸੀ ਵੀ ਬੀਬੀ ਰਜਿੰਦਰ ਕੌਰ ਪੱਠਲ ਦੀ ਇਹਨਾਂ ਵੀ ਬੜਾ ਕੁਛ ਦਿਖਾਇਆ ਸੀ ਇਹ ਮੈਨੂੰ ਲੱਗਦਾ ਸਾਡੇ ਪੰਜਾਬ ਦੀ ਇਹ ਇੱਕ ਚਾਹ ਬੀਬੀ ਪੱਠਲ ਦੀ ਕੋਠੀ ਖਾਲੀ ਕਰਵਾਉਣ ਲੱਗੇ ਬੜਾ ਕੁਛ ਆਮ ਆਦੀ ਪਾਰਟੀ ਵਾਲਿਆਂ ਨੇ ਦਿਖਾਇਆ ਜਾਂ ਕੈਪਟਨ ਮਰਿੰਦਰ ਸਿੰਘ ਵੇਲੇ ਬਾਦਲਾਂ ਦੇ ਪਰਿਵਾਰ ਬਾਰੇ ਬੜਾ ਕੁਝ ਦਿਖਾਇਆ ਗਿਆ ਤੇ ਜੇ ਹੁਣ ਅ ਲਾਲ ਜਿਸੂ ਕੇ ਭੁੱਲਰ ਸਾਹਿਬ ਬੋਲੋ ਹਰਮਿੰਦਰ ਗਿੱਲ ਦੇ ਟੱਬਰ ਬਾਰੇ ਕੁਝ ਮਾੜਾ ਬੋਲਿਆ ਗਿਆ ਨਾ ਇਹ ਸਮੁੱਚੇ ਪੰਜਾਬ ਦੀ ਨਹੀਂ ਸਮੂੱਚੇ ਭਾਰਤੀ ਨਾਰੀ ਦੀ ਜਿਹੜੀ ਆ ਉਹ ਬੇਇੱਜ਼ਤੀ ਕੀਤੀ ਇਹਨਾਂ ਲੋਕਾਂ ਨੇ ਜਿਵੇਂ ਹਰਮਿੰਦਰ ਹਰਮਿੰਦਰ ਸਿੰਘ ਗਿੱਲ ਕਹਿੰਦੇ ਕਿ ਮੈਨੂੰ ਬਹੁਤ ਲੋਕਾਂ ਦੇ ਫੋਨ ਆ ਰਹੇ ਨੇ ਵੀ ਇਹਨਾਂ ਉੱਤੇ ਮਾਨ ਹਣੀ ਦਾ ਕੇਸ ਕਰੋ ਪਰ ਮੈਂ ਕਿਹਾ ਮੈਂ ਨਹੀਂ ਕਰਨਾ ਹੈਗਾ ਮੈਨੂੰ ਕੋਈ ਲੋੜ ਨਹੀਂ ਹੈ ਹਾਲਾਂਕਿ ਜਿਹੜੇ ਭੁੱਲਰ ਸਾਹਿਬ ਨੇ ਉਹ ਆਪਣੇ ਕੰਮ ਨਾਲ ਲੋਕਾਂ ਦੇ ਵਿੱਚ ਵੋਟ ਮੰਗਣ ਮੇਰੇ ਉੱਤੇ ਨਿੱਜੀ ਕਿਚੜ ਉਛਾਲ ਕੇ ਉਹਨਾਂ ਨੂੰ ਵੋਟ ਮਿਲਦੀ ਤੇ ਪਾਲਣ ਤੇ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਲਾਲਜੀਤ ਸਿੰਘ ਭੁੱਲਰ ਨੇ ਇਹਨਾਂ ਡੱਕੇ ਦਾ ਕੰਮ ਨਹੀਂ ਕੀਤਾ ਹੋਣਾ ਤਾਂ ਹੀ ਜਾ ਕੇ ਇਹ ਇਦਾਂ ਦੀ ਸ਼ਬਦਾਲੀ ਵਰਤਣੀ ਪੈ ਰਹੀ ਹੈ ਵੋਟਾਂ ਲੈਣ ਲਈ ਚਾਹੀ ਡੱਕੇ ਦਾ ਕੀਤਾ ਜਾਂ ਨੱਕੇ ਦਾ ਕੀਤਾ ਸਵਾਲ ਉਹ ਨਹੀਂ ਹੈ ਸਵਾਲ ਹੈ ਕਿ ਤੁਸੀਂ ਔਰਤਾਂ ਨੂੰ ਲੈ ਕੇ ਟੱਬਰ ਨੂੰ ਲੈ ਕੇ ਸਿਆਸਤ ਕਰੋਗੇ ਯਾਰ ਤੁਸੀਂ ਤਾਂ ਰੱਬ ਦਾ ਸ਼ੁਕਰ ਮਨਾਉਣਾ ਚਾਹੀਦਾ ਹੈਗਾ ਜਿਹੜੇ ਵੀ ਐਮਐਲਏ ਬਣੇ ਨੇ ਚਾਹੇ ਪੰਜਾਬ ਦੇ 117 ਕਿ ਯਾਰ ਪੰਜਾਬ ਦੀ 3 ਕਰੋੜ ਆਬਾਦੀ 3 ਕਰੋੜ ਆਬਾਦੀ ਜੋ ਤੁਸੀਂ 117 ਐਮਐਲਏ 117 ਐਮਐਲਏ ਜੋ ਤੁਸੀਂ 18 ਮੰਤਰੀ ਤੁਹਾਨੂੰ ਤਾਂ ਰੱਬ ਦਾ ਸ਼ੁਕਰ ਮਨਾਉਣਾ ਚਾਹੀਦਾ ਹੈਗਾ ਜਿਹੜੀ ਤੁਸੀਂ ਬੰਦੇ ਨੇ ਕਦੀ ਸੋਚਿਆ ਨਹੀਂ ਕਿ ਮੈਂ ਸਰਪੰਚ ਬੰਨਾ ਮੈਂ ਪੰਚ ਬੰਨਾ ਤੁਸੀਂ ਯਾਰ ਸੂਬੇ ਸਾਡੇ ਦੇ ਮੰਤਰੀ ਬਣਾ ਦਿੱਤਾ ਤੁਹਾਨੂੰ ਲੋਕਾਂ ਨੂੰ ਤਾਨੂੰ ਤੇ ਲੋਕਾਂ ਦੇ ਪੈਰ ਧੋ ਧੋ ਕੇ ਪੀਨੇ ਚਾਹੀਦੇ ਹੈਗੇ ਨੇ ਤੁਸੀਂ ਲੋਕਾਂ ਦੇ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਨੇ ਤੁਹਾਨੂੰ ਤੇ ਸਵੇਰੇ ਉੱਠ ਕੇ ਜਨਤਾ ਦਾ ਸ਼ੁਕਰ ਮਨਾਉਣਾ ਚਾਹੀਦਾ ਹੈਗਾ ਰੱਬ ਦਾ ਬਾਅਦ ਚ ਪਹਿਲੇ ਜਨਤਾ ਦਾ ਸ਼ੁਕਰ ਮਨਾਉਣਾ ਚਾਹੀਦਾ ਹੈਗਾ ਤੇ ਤੁਸੀਂ ਹੁਣ ੱੱਕੇ ਮਾਰ ਰਹੇ ਹੈਗੇ ਨੇ ਕੰਮ ਜੇ ਹਰਮਿੰਦਰ ਸਿੰਘ ਗਿੱਲ ਨੇ ਨਹੀਂ ਕੀਤੇ ਆਗੇ ਸੀ ਤੇ ਲੋਕਾਂ ਨੇ ਉਹਨਾਂ ਨੂੰ ਫਰਾਹ ਦਿੱਤਾ ਹੁਣ ਤੁਹਾਨੂੰ ਜੇ ਕੰਮ ਕੀਤੇ ਆਗੇ ਨੇ ਤੁਹਾਨੂੰ ਆਪਣੇ ਕੰਮ ਗਿਣਾਉਣ ਦੀ ਲੋੜ ਨਹੀਂ ਹੁੰਦੀ ਜਿਸ ਐਮਐਲਏ ਨੇ ਆਪਣੇ ਹਲਕੇ ਚ ਕੰਮ ਕੀਤੇ ਹੈਗੇ ਨਾ ਉਹਨੂੰ ਗਿਣਾਉਣ ਦੀ ਲੋੜ ਨਹੀਂ ਲੋਕ ਆਪ ਬੋਲਦੇ ਨੇ ਕੰਮ ਆਪ ਬੋਲਦੇ ਹੁੰਦੇ ਨੇ ਲੋਕ ਬੋਲਣ ਦੀ ਲੋੜ ਨਹੀਂ ਕੰਮ ਆਪ ਬੋਲ ਦਿੰਦੇ ਨੇ ਕਿ ਦੇਖੋ ਯਾਰ ਫਲਾਣੇ ਐਮਐਲਏ ਨੇ ਆਹ ਕੀਤਾ ਉਹ ਫਾਇਦਾ ਹੀ ਕੀ ਜੇ ਐਮਐਲਏ ਨੂੰ ਕੰਮ ਗਿਣਾਉਣੇ ਪੈਂਦੇ ਹੁਣ ਇਸ ਮਸਲੇ ਦੇ ਵਿੱਚ ਹੁਣ ਤੁਹਾਨੂੰ ਪਤਾ ਲੱਗ ਜੂ ਕਿ ਤੁਸੀਂ ਬਾਈ ਦੇ ਵਿੱਚ ਤੇ ਹਵਾ ਸੀ ਲੋਕਾਂ ਨੇ ਅੱਖਾਂ ਬੰਦ ਕਰਕੇ ਪੰਜਾਬੀ ਜੀ ਕਹਿੰਦਾ ਅੰਨੇ ਹੋ ਕੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਹੁਣ ਤੁਹਾਡੀ 5 ਮਹੀਨਿਆਂ ਦੀ ਸਰਕਾਰ ਹੋ ਗਿਆ ਹੁਣ ਤੁਹਾਡੇ ਪਤਾ ਲੱਗਣਗੇ ਕਿ ਤੁਹਾਡੇ ਕਿੰਨੇ ਕੀ ਤੁਹਾਡੇ ਪੱਲੇ ਦਾਣੇ ਸੀ ਕਿੰਨੇ ਕੀ ਤੁਹਾਡੇ ਕੰਮ ਬੋਲਦੇ ਆਗੇ ਨੇ ਹੁਣ ਪਤਾ ਲੱਗੂਗਾ ਨਾ ਹੁਣ ਤੇ ਪਤਾ ਨਹੀਂ ਕਿ ਦੇ ਦੋ ਰਿਜ਼ਲਟ ਆਇਆ 4 ਜੂਨ ਨੂੰ ਫਿਰ ਪਤਾ ਲੱਗੂਗਾ ਕਿ ਲਾਲਜੀਤ ਸਿੰਘ ਭੁੱਲਰ ਸਾਹਿਬ ਨੇ 9 ਹਲਕਿਆਂ ਦੀ ਛੱਡੋ ਪੱਟੀ ਜੋ ਜਿੱਥੋਂ ਇਸ ਟਾਈਮ ਉਹ ਐਮਐਲਏ ਤੇ ਮੰਤਰੀ ਉਥੋਂ ਕਿੰਨੀ ਲੀਡ ਕੀਤੀ ਹੈਗੀ ਨਾ ਹੁਣ ਪਤਾ ਲੱਗੂਆ ਤੇ ਇਸ ਕਰਕੇ ਜੇ ਜੇ ਤੁਸੀਂ ਚੰਗੇ ਕੰਮ ਕਰੋਗੇ ਤੁਹਾਨੂੰ ਲੋਕ ਜਿਤਾਉਣਗੇ ਜੇ ਤੁਸੀਂ ਮਾੜੇ ਕੰਮ ਕਰੋਗੇ ਤੇ ਤੁਹਾਨੂੰ ਹਰਾਉਣਗੇ ਪਰ ਚਾਹੇ ਤੁਸੀਂ ਚੰਗੇ ਕੰਮ ਕਰੋ ਚਾਹੇ ਡਿਵੈਲਪਮੈਂਟ ਕਰੋ ਚਾਹੇ ਨਾ ਕਰੋ ਪਰ ਘੱਟੋ ਘੱਟ ਪਰਿਵਾਰਾਂ ਤੱਕ ਨਹੀਂ ਆਉਣਾ ਚਾਹੀਦਾ ਕਿ ਉਥੋਂ ਤੱਕ ਨੌਬਤ ਕਿ ਆਉਂਦੀ ਹੈਗਾ ਤੁਸੀਂ ਮਤਲਬ ਇੱਕ ਪਰਿਵਾਰ ਦੀਆਂ ਧੀਆਂ ਭੈਣਾਂ ਔਰਤਾਂ ਬਾਰੇ ਬੋਲ ਕੇ ਨਾ ਤੁਸੀਂ ਆਪਣਾ ਰੁਤਬਾ ਘਟਾਇਆਗਾ ਲੋਕ ਕਹਿਣਗੇ ਕਿ ਯਾਰ ਇਹ ਵੀ ਮਾੜੀ ਕਿਸਮਤ ਸੀ ਇਹੋ ਜਿਹੇ ਲੋਕ ਚੁਣ ਕੇ ਭੇਜੇ ਹੈਗੇ ਨੇ ਜਿਹੜੀਆਂ ਲੋਕਾਂ ਦੀਆਂ ਧੀਆ ਪੈਣਾ ਓਏ ਕਿ ਤੁਸੀਂ ਮੰਤਰੀ ਹੋ ਆਮ ਲੋਕ ਨਹੀਂ ਹੈ ਕਿ ਪਿੰਡ ਦੇ ਬੋਰਡ ਦੇ ਥੱਲੇ ਥੜਾ ਆ ਵਾ ਤੇ ਥੜੇ ਦੇ ਉੱਪਰ ਲੋਕੀ ਤਾਸ਼ ਖੇਡ ਰਹੇ ਨੇ ਤੇ ਤਾਸ਼ ਖੇਡਦੇ ਖੇਡਦੇ ਕੋਈ ਪਿੰਡ ਦੀ ਧੀ ਭੈਣ ਜਲਕੇ ਤੇ ਟਿਚਰ ਕਰਤੀ ਹੈਗੀ ਜਾਂ ਵੇਖ ਲਿਆ ਘੂਰ ਕੇ ਤੁਸੀਂ ਨਹੀਂ ਤੁਹਾਡਾ ਤੇ ਉਹਨਾਂ ਲੋਕਾਂ 'ਚ ਫਰਕ ਆ ਉਹ ਆਮ ਲੋਕ ਨਹੀਂ ਉੱਥੇ ਟਿਚਰੀ ਵੀ ਹੋ ਸਕਦੇ ਨੇ ਕੋਈ ਮਖੌਲੀ ਹੋ ਸਕਦਾ ਤੁਸੀਂ ਟਿਚਰ ਹੀ ਨਹੀਂ ਹੋ ਤੁਸੀਂ ਮਖੌਲੀ ਨਹੀਂ ਹੋ ਮੈਨੂੰ ਲੱਗਦਾ ਜੇ ਤੁਸੀਂ ਦੋ ਬਰਾਦਰੀਆਂ ਕੋ ਮਾਫੀ ਮੰਗਿਆ ਤਾਂ ਉਸ ਟੱਬਰ ਕੋ ਵੀ ਮਾਫੀ ਮੰਗ ਲੈਣੀ ਚਾਹੀਦੀ ਹੈਗੀ ਇਹੋ ਜਿਹੇ ਬੋਲ ਨਹੀਂ ਬੋਲਣੇ ਚਾਹੀਦੇ ਹੈਗੇ ਕਿਉਂਕਿ ਬੋਲ ਕਬੂਲ ਬੜੇ ਮਾੜੇ ਨੇ ਉਹ ਤੁਸੀਂ ਬਹੁਤ ਮਾੜੇ ਬੋਲ ਬੋਲੇ ਹੈਗੇ ਨੇ ਜਿਹੜਾ ਵੀ ਲੋਕ ਨੇ ਉਹ ਇਹ ਲੋਕਾਂ ਕੋਲੋਂ ਮੰਤਰੀਆਂ ਕੋਲ ਵਿਧਾਇਕਾਂ ਕੋ ਇਹੋ ਜਿਹੇ ਜਿਹੜੇ ਸ਼ਬਦ ਬੋਲਦੇ ਸ਼ੋਭਾ ਨਹੀਂ ਦਿੰਦੇ ਚੰਗੇ ਨਹੀਂ ਲੱਗਦੇ ਹੈਗੇ ਬੀਜੇਪੀ ਦਾ ਬੜਾ ਜਿਵੇਂ ਮਾੜਾ ਸਮੇਂ ਨਹੀਂ ਚੱਲਦਾ ਹੁੰਦਾ ਪੰਜਾਬ ਦੇ ਵਿੱਚ ਉਹ ਲੀਡਰਾਂ ਦਾ ਚੱਲ ਰਿਹਾ ਹੈਗਾ ਕਦੀ ਹੰਸਰਾ ਜਨਸ ਦਾ ਵਿਰੋਧ ਹੋ ਜਾਂਦਾ ਕਦੀ ਰਵਨੀਤ ਬਿੱਟੂ ਦਾ ਵਿਰੋਧ ਹੋ ਜਾਂਦਾ ਦਿਨੇਸ਼ ਬੱਬੂ ਦਾ ਵਿਰੋਧ ਹੋ ਗਿਆ ਤੇ ਇਹ ਪ੍ਰਚਾਰ ਕਿਵੇਂ ਕਰਨਗੇ ਦੇਖੋ ਵਿਰੋਧ ਹੋਣਾ ਬੀਜੇਪੀ ਨੇ ਜੋ ਪੰਜਾਬ ਨੂੰ ਲੈ ਕੇ ਜਾਂ ਕਿਸਾਨੀ ਨੂੰ ਲੈ ਕੇ ਪੰਜਾਬ ਚ ਨਹੀਂ ਜੋ ਪੂਰੇ ਦੇਸ਼ ਦੇ ਵਿੱਚ ਕੰਮ ਕੀਤੇ ਤੇ ਵਿਰੋਧ ਹੋਣਾ ਹੀ ਹੋਣਾ ਕਿਉਂਕਿ ਤੁਹਾਨੂੰ ਲੱਗਦਾ ਸੀ ਕਿ ਅਸੀਂ ਸਾਨੂੰ ਕੌਣ ਇੱਥੇ ਹਰਾ ਸਕਦਾ ਹੈ ਤੇ ਸਾਨੂੰ ਕੌਣ ਇੱਥੇ ਘੇਰ ਸਕਦਾ ਹੈਗਾ ਕਿਉਂਕਿ ਜਨਤਾ ਤੋਂ ਵੱਡਾ ਕੋਈ ਸਰਕਾਰਾਂ ਨਹੀਂ ਹੁੰਦੀਆਂ ਲੋਕ ਹੀ ਵੱਡੇ ਹੁੰਦੇ ਨੇ ਲੋਕਤੰਤਰ ਦੇ ਵਿੱਚ ਹੁਣ ਹਰਿਆਣੇ 'ਚ ਵਿਰੋਧ ਹੋ ਰਿਹਾ ਪੰਜਾਬ 'ਚ ਹੋ ਰਿਹਾ ਬਾਕੀ ਸਟੇਟਾਂ ਦੇ ਵਿੱਚ ਵੀ ਹੋ ਰਿਹਾ ਕਿਉਂਕਿ ਬਾਕੀ ਸਟੇਟਾਂ ਜਿਆਦਾ ਧਿਆਨ ਨਹੀਂ ਲੇਕਿਨ ਮਨੀਪੁਰ ਤੇ ਬੀਜੇਪੀ ਵਾਲਿਆਂ ਦੀ ਲੋਕਾਂ ਨੇ ਸੇਵਾ ਵੀ ਕਰ ਦਿੱਤੀ ਹੈਗੀ ਇੱਥੇ ਚਾਹੇ ਤਰਨਜੀਤ ਸਿੰਘ ਸੰਧੂ ਨੇ ਉਹ ਵੀ ਪਛਤਾ ਰਹੇ ਨੇ ਕਿ ਮੈਂ ਇੱਕ ਡਾ ਵੱਡਾ ਅਫਸਰ ਅਮਰੀਕਾ ਕੀ ਦੇ ਲੀਡਰਾਂ ਕੇ ਮਰ ਤੱਕ ਮੈਨੂੰ ਸਲੂਟਾਂ ਮਾਰਦੇ ਹੁਣ ਮੈਨੂੰ ਹੱਥ ਜੋੜਦੇ ਪੈਰੇ ਉਲਟਾ ਮੇਰਾ ਵਿਰੋਧ ਹੋ ਰਿਹਾ ਦਨੇਸ਼ ਬੱਬੂ ਨੂੰ ਵੀ ਲੱਗਦਾ ਸੀ ਕਿ ਮੇਰਾ ਵਿਰੋਧ ਨਹੀਂ ਆ ਉਹ ਅੱਜ ਗੁਰੂ ਘਰ ਮੱਥਾ ਟੇਕਣ ਜਾ ਰਹੇ ਲੇਕਿਨ ਰਾਸਤੇ 'ਚ ਕਿਸਾਨਾਂ ਨੇ ਘੇਰ ਲਿਆ ਪਿਆ ਉਹ ਸਾਨੂੰ ਜਵਾਬ ਦੇ ਕੇ ਜਾਓ ਰਵਨੀਸ਼ ਸਿੰਘ ਬਿੱਟੂ ਵੀ ਸ਼ਾਇਦ ਪਛਤਾਉਣ ਦੇ ਹੁਣ ਕਿ ਮੈਂ ਤੇ ਕਾਂਗਰਸ ਛੱਡ ਕੇ ਗਲਤੀ ਕਰ ਲਈ ਹੈਗੇ ਉੱਥੇ ਵਿਰੋਧ ਆ ਹੰਸਰਾਜ ਹੰਸ ਵੀ ਕਹਿੰਦੇ ਨੇ ਵੀ ਚੰਗੇ ਭਲੇ ਐਮਪੀ ਬਣ ਕੇ ਹੁਣ ਮੈਂ ਦੁਬਾਰਾ ਕਿ ਮੈਨੂੰ ਘੇਰਨਾ ਹੁਣ ਉਹ ਕਹਿ ਰਹੇ ਕਿ ਮੇਰਾ ਵਿਰੋਧ ਨਹੀਂ ਆ ਵੀ ਅਹੀਂ ਤੇਰਾ ਵਿਰੋਧ ਤਾਂ ਨਹੀਂ ਤੇ ਮਾਰਾਨੀਆਂ ਮੇਰਾ ਕੌਣ ਕਰ ਸਕਦਾ ਬੇਰੀ ਤੇ ਸਾਰੀ ਪਰਜਾ ਲੇਕਿਨ ਕਰ ਰਹੇ ਨੇ ਹੁਣ ਸਵਾਲ ਇਸ ਮਸਲੇ ਤੇ ਕਿ ਭਾਜਪੀ ਨੇ ਸੋਚਣਾ ਹੈ ਕਿ ਤੁਸੀਂ ਕੀਤਾ ਕੀ ਪੰਜਾਬ ਦੇ ਕੀ ਦੇਸ਼ ਦੇ ਕਿਸਾਨਾਂ ਨੇ ਕੀਤਾ ਕੀ ਤੁਸੀਂ 144 ਲਾ ਦਿੱਤੀ ਤੁਸੀਂ ਕਿਸਾਨਾਂ ਨੂੰ ਦਿੱਲੀ ਵੀ ਨਹੀਂ ਜਾਂਦੇ ਦਿੱਲੀ ਕੀ ਕਿਸਾਨ ਉੱਥੇ ਅੰਬ ਤੋੜਦੇ ਆਉਂਦੇ ਜਾਂ ਕੀ ਤੁਹਾਡੇ ਮਹਿਲਾਂ 'ਚ ਵੜ ਜਾਂਦੇ ਹੈਗੇ ਜਾ ਕੇ ਸ਼ਾਂਤਮਈ ਤਰੀਕੇ ਦੇ ਨਾਲ ਹੁਣ ਵੀ ਕਿਸਾਨ ਸ਼ੰਭੂ ਬੈਠੇ ਨੇ ਧਰਨਾ ਲਾ ਦਿੱਤਾ ਉਹ ਰਾਮਰੀਲਾ ਗਰਾਊਂਡ 'ਚ ਵੀ ਤੁਸੀਂ ਜਾਣ ਦਿੱਤਾ ਤੁਸੀਂ ਜੰਤਰ ਮੰਤਰ ਵੀ ਨਹੀਂ ਜਾਣ ਦਿੱਤਾ ਹੈਗਾ ਤੁਸੀਂ ਚਾਹੁੰਦੇ ਕੀ ਸੀ ਹੁਣ ਪਹਿਲਾਂ ਅਸੀਂ ਤੁਹਾਡਾ ਜੋਰ ਚੱਲਦਾ ਹੁਣ ਕਿਸਾਨਾਂ ਦਾ ਜੋਰ ਚੱਲਦਾ ਚਾਹੇ ਕਿਸਾਨ ਉਹ ਯੂਪੀ ਦਾ ਚਾਹੇ ਪੰਜਾਬ ਦਾ ਚਾਹੇ ਹਰਿਆਣੇ ਦਾ ਹੁਣ ਤਾਂ ਤੁਹਾਨੂੰ ਇਹੋ ਦਿਨ ਦੇਖਣੇ ਪੈਣਗੇ ਹਾਲਾਂਕਿ ਵਿਰੋਧ ਕਰਨ ਦਾ ਜਿਹੜਾ ਤਰੀਕਾ ਬਹੁਤ ਸਾਰੇ ਤਰੀਕੇ ਕਿਸਾਨਾਂ ਨੂੰ ਪਿੱਛੇ ਭੱਜਾਂ ਦੀ ਲੋੜ ਨਹੀਂ ਹੈਗੀ ਜਾਂ ਅੱਗੇ ਰੁਕਣ ਦੀ ਲੋੜ ਨਹੀਂ ਤੁਸੀਂ ਕਾਲੀਆਂ ਝੰਡੀਆਂ ਲੈ ਕੇ ਦੋਨੇ ਛੜਕਾਂ ਦੇ ਕਿਨਾਰੇ ਖਲੋਜੋ ਵਿਰੋਧ ਕਰੋ ਵੋਟਾਂ ਨਾ ਪਾਓ ਇਹ ਜੇ ਤੁਹਾਨੂੰ ਲੱਗਦਾ ਕਿ ਭਾਜਪੀ ਵਾਲੇ ਮਾੜੇ ਸੀ ਤੇ ਉਹਨਾਂ ਨੂੰ ਤੁਸੀਂ ਰਿਜੈਕਟ ਕਿਵੇਂ ਕਰੋਗੇ ਰਿਜੈਕਟ ਐਸੇ ਕਰਕੇ ਕਰੋਗੇ ਨਾ ਉਹਨਾਂ ਨੂੰ ਵੋਟ ਪਾ ਕੇ ਜਾਂ ਨਾ ਪਾ ਕੇ ਇਸ ਕਰਕੇ ਕਿਸਾਨਾਂ ਨੂੰ ਵੀ ਚਾਹੀਦਾ ਜੇ ਤੁਸੀਂ ਵਿਰੋਧ ਕਰਨਾ ਕਿਸੇ ਪਾਰਟੀ ਦਾ ਤੇ ਉਹਦਾ ਤਰੀਕਾ ਇੱਕੋ ਹੀ ਆ ਇਹਨਾਂ ਨੂੰ ਲੰਗਰ ਦੋ ਜਿੱਤੇ ਜਾਂਦੇ ਆਗੇ ਨੇ ਜਿੱਧਰ ਵੋਟਾਂ ਉਹ ਦਿਨ ਪੂਰਾ ਹਿਸਾਬ ਕਿਤਾਬ ਕਰ ਲੋ ਮਤਲਬ ਜਿਵੇਂ ਤੁਸੀਂ ਫਰੀਦਕੋਟ ਹੰਸਰਾਜ ਹੰਸ ਦੇ ਪਿੱਛੇ ਭੱਜੇ ਕਿਸਾਨਾਂ ਨੂੰ ਵੀ ਚਾਹੀਦਾ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਤੁਹਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈਗਾ ਵੋਟਾਂ ਵਾਲੇ ਦਿਨ ਜਿੰਨੂੰ ਸਬਕ ਸਿਖਾਉਣਾ ਚਾਹੇ ਕਿਸੇ ਭਾਜਪਾ ਨੂੰ ਸਿਖਾਉਣਾ ਚਾਹੇ ਕਿਸ ਅਕਾਲੀ ਨੂੰ ਜਾਂ ਕਾਂਗਰਸ ਨੂੰ ਜਾਂ ਕਿਸੇ ਆਮ ਆਦੀ ਪਾਰਟੀ ਨੂੰ ਉਹ ਤੁਹਾਡੇ ਕੋਈ ਇੱਕੋ ਰਾਈਟ ਆ ਵੋਟਿੰਗ ਤੁਸੀਂ ਉਹਦੇ ਵਾਸਤੇ ਲੋਕਾਂ ਨੂੰ ਲਾਮਬੰਦ ਕਰੋ ਐਦਾਂ ਨਹੀਂ ਪਿੱਛਾ ਨਹੀਂ ਕਰਨਾ ਜਿਹਦਾ ਘੇਰਨਾ ਨਹੀਂ ਚਾਹੀਦਾ ਹੈਗਾ ਜੇ ਤੁਹਾਡਾ ਪ੍ਰੋਟੈਸਟ ਕਰਨ ਦਾ ਰਾਈਟ ਆ ਉਹਨਾਂ ਦਾ ਵੋਟਾਂ ਮੰਗਣ ਦਾ ਰਾਈਟ ਆ ਤੁਹਾਡੇ ਘਰ ਜੇ ਵੋਟ ਆਉਂਦੇ ਕਹੋਗੇ ਜੀ ਅਸੀਂ ਵੋਟ ਵੇਖਾਂਗੇ ਜਿੰਨੂੰ ਪਾਉਣੀ ਆ ਪਰ ਹਣਾ ਉਹ ਤਰੀਕਾ ਤਾਂ ਕੋਈ ਨਹੀਂ ਹੈਗਾ ਔਰ ਜਿਹੜੇ ਉਹ ਸਵਾਲ ਏ ਜਿਹੜੇ ਹੁਣ ਵਿਰੋਧ ਹੋ ਰਿਹਾ ਆਮ ਆਦੀ ਪਾਰਟੀ ਦਾ ਵਿਰੋਧ ਹੋ ਚੁੱਕਾ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦਾ ਹੋ ਚੁੱਕਾ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਹੋ ਚੁੱਕਾ ਨਹੀਂ ਪਰ ਭਾਜਪਾ ਨਾਲ ਤਾਂ ਚਲੋ ਮੰਨਿਆ ਜਾਏ ਕਿ ਵਿਰੋਧ ਹੈਗਾ ਆਮ ਆਦੀ ਪਾਰਟੀ ਦੇ ਜਿਹੜੇ ਮੰਤਰੀ ਨੇ ਖੁੰਡਿਆ ਸਾਹਿਬ ਉਹਨਾਂ ਦੇ ਮੁੰਡੇ ਦੇ ਲੋਕ ਪੈ ਹੀ ਗਏ ਲੋਕਾਂ 'ਚ ਗੁੱਸਾ ਹੀ ਇੰਨਾ ਸੀ ਵੀਡੀਓ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਲੋਕ ਕਹਿੰਦੇ ਤੁਸੀਂ ਸਾਨੂੰ ਆ ਕੇ ਪੁੱਛੇ ਨਹੀਂ ਹੈਗਾ ਇੰਨਾ ਗੁੱਸਾ ਦੋ ਸਾਲ ਹੋਈ ਨਹੀਂ ਸਰਕਾਰ ਨੂੰ ਇੰਨਾ ਗੁੱਸਾ ਸਰਕਾਰ ਪ੍ਰਤੀ ਕਿਉਂ ਹੈਗਾ ਲੋਕਾਂ ਦਾ ਦੇਖੋ ਇੱਕ ਉਸ ਇਲਾਕੇ ਦੇ ਵਿੱਚ ਮੂੰਹ ਖੋਰ ਦੀ ਬਿਮਾਰੀ ਵੀ ਬਹੁਤ ਲੋਕਾਂ ਦੇ ਪਸ਼ੂ ਮਰੇ ਆ ਗਏ ਨੇ ਪਹਿਲਾਂ ਵੀ ਤਾਂ ਹੋਣ ਵੀ ਹੁਣ ਮਾੜੀ ਤੋਂ ਮਾੜੀ ਜਿਹੜੀ ਮੱਝ ਜਾਂ ਮਾੜੀ ਤੋਂ ਮਾੜੀ ਜਿਹੜੀ ਝੋਟੀ ਲੈ ਆਈ ਦੀ ਹੈਗੀ ਉਹ ਲੱਖ ਸਵਾ ਲੱਖ ਡੇਢ ਲੱਖ ਦੀ ਹੈਗੀ ਹੁਣ ਕਈਆਂ ਘਰਾਂ ਦੇ ਦਧਾਰੂ ਪਸ਼ੂ ਆ ਪੰਜ-ਪੰਜ ਮਰ ਗਏ ਆ ਕਿਨੇ ਫਿਰ ਉਹ ਉਸ ਚੱਕਰ ਦੇ ਵਿੱਚ ਕਿ ਇਹਨਾਂ ਨੇ ਸਰਕਾਰ ਨੇ ਕੀਤਾ ਕਿ ਹਾਲਾਂਕਿ ਹੁਣ ਲੋਕਾਂ ਦਾ ਗੁੱਸਾ ਤਾਂ ਹੈ ਹੀ ਆ ਹੁਣ ਗੁੱਸਾ ਤਾਂ ਕੱਢਣਗੇ ਉਹ ਦੋ ਦਿਨ ਜਿਹੜਾ ਗੁਰਮੀਤ ਸਿੰਘ ਖੁੱਡਿਆਂ ਜਾਂ ਉਹਨਾਂ ਦੇ ਲੜਕੇ ਦਾ ਵਿਰੋਧ ਹੋਇਆ ਇਸ ਕਰਕੇ ਇਹਨਾਂ ਨੇ ਵੀ ਕਿ ਸਰਕਾਰ ਨੇ ਕੰਮ ਕੀ ਕੀਤਾ ਹੈਗਾ ਕਰਮਜੀਤ ਅਨਮੋਲੂ ਲੋਕੀ ਘੇਰ ਕੇ ਪੁੱਛਦੇ ਨੇ ਪਿੱਛੇ ਜੇ ਫੌਜੀਆਂ ਨੇ ਘੇਰ ਕੇ ਪੁੱਛਿਆ ਹੈਗਾ ਲੋਕੀ ਤਾਂ ਪੁੱਛਣਗੇ ਕਿ ਪਹਿਲਾਂ ਲੋਕਾਂ ਨੂੰ ਮੌਕਾ ਨਹੀਂ ਮਿਲਦਾ ਹੈਗਾ ਲੋਕਾਂ ਨੂੰ ਮੌਕਾ ਕਦੋਂ ਮਿਲਦਾ ਹੈਗਾ ਜਦੋਂ ਵੋਟਾਂ ਆਉਂਦੀਆਂ ਨੇ ਪਹਿਲਾਂ ਤਾਂ ਤੁਹਾਡੇ ਲਾਗੇ ਤੇ ਬੰਦਾ ਖੰਗ ਵੀ ਨਹੀਂ ਸਕਦਾ ਹੈਗਾ ਤੇ ਉਹ ਕਿ ਨਾ ਕਹਿੰਦੇ ਨਾ ਉਹ ਚਿੜੀ ਕੀ ਫੜਕਣੀ ਹੈਗੇ ਤੁਸੀਂ ਤਾਂ ਕਿਸੇ ਨੂੰ ਲਾਗੇ ਕੰਗਣ ਨਹੀਂ ਦਿੰਦੇ ਹੈਗੇ ਹੁਣ ਲੋਕਾਂ ਨੇ ਹੈਗੇ ਹੁਣ ਲੋਕੀ ਤੁਹਾਨੂੰ ਖੰਗਣ ਨਹੀਂ ਦਿੰਦੇ ਹੈਗੇ ਨਾ ਹੁਣ ਤੇ ਜੇ ਕਿਸੇ ਨੇ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਕੈਂਡੀਡੇਟ ਆ ਜੇ ਉਹਨੇ ਆਪਣੇ ਇਲਾਕੇ ਦੇ ਵਿੱਚ ਕੰਮ ਕੀਤੇ ਹੋਣਗੇ ਜੇ ਉਹ ਇਲਾਕੇ ਦੇ ਵਿੱਚ ਚੰਗੀ ਤਰ੍ਹਾਂ ਲੋਕਾਂ 'ਚ ਵਿਚਰਿਆ ਹੋਊਗਾ ਜੇ ਉਹਨੇ ਇਲਾਕੇ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਕੀਤਾ ਹੋਊਗਾ ਫਿਰ ਤੇ ਕਿਸੇ ਨੂੰ ਨਹੀਂ ਕੋਈ ਰੋਕੂਗਾ ਤੇ ਜੇ ਤੁਸੀਂ ਧੱਕਾ ਵੀ ਕੀਤਾ ਪਰਚੇ ਵੀ ਦਰਜ ਕੀਤੇ ਹੈਗੇ ਆਪਣੀ ਗੁੰਡਾਗਰਦੀ ਵੀ ਦਿਖਾਈ ਹੈ ਬਦਮਾਸ਼ੀ ਵੀ ਦਿਖਾਈ ਹੈ ਤੇ ਲੋਕੀ ਤੇ ਫਿਰ ਪੰਜਾਬ ਦੇ ਹਰਿਆਣੇ ਦੇ ਵਿੱਚ ਇਹ ਤੁਹਾਡਾ ਵਿਰੋਧ ਹੀ ਕਰਨਗੇ ਉਹ ਕੋਈ ਵੀ ਪਾਰਟੀ ਹੋਵੇ ਹਾਲਾਂਕਿ ਚਲੋ ਹਲੇ ਸ਼ਰਮਣੀ ਕਾਲੀ ਦਲ ਨੇ ਅੱਜ ਲੀਡਰ ਤਾਰੇ ਨੇ ਪਤਾ ਨਹੀਂ ਇਹਨਾਂ ਦਾ ਵਿਰੋਧ ਹੁੰਦਾ ਕਿ ਨਹੀਂ ਹੁੰਦਾ ਕਾਂਗਰਸ ਪਾਰਟੀ ਨੇ ਵੀ ਹਲੇ ਆਪਣੇ ਉਮੀਦਵਾਰ ਤਾਰਨੇ ਉਹਨਾਂ ਦਾ ਵਿਰੋਧ ਹੁੰਦਾ ਕਿ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਕਿ ਵਿਰੋਧ ਕਰ ਰਹੇ ਨੇ ਜਿਹੜਾ ਕਿਸਾਨ ਉਹਨਾਂ ਨੂੰ ਥੋੜਾ ਜਿਹਾ ਤਰੀਕਾ ਬਦਲ ਲੈਣਾ ਚਾਹੀਦਾ ਕਿ ਜਿਵੇਂ ਪਿੱਛੇ ਭੱਜਦੇ ਲਾਲਾ ਲਾਲਾ ਉਹ ਕਰਨ ਦੀ ਲੋੜ ਨਹੀਂ ਆ ਗਈ ਤੁਹਾਡੇ ਕੋਲ 1 ਜੂਨ ਹੈ 1 ਜੂਨ ਨੂੰ ਜਿਹਨੂੰ ਸਬਕ ਸਿਖਾਉਣਾ ਹੈਗਾ ਨਾ ਉਹ ਤੁਹਾਡੇ ਕੋਲ ਬਟਨ ਆ EVM ਦਾ ਬਟਨ ਆ ਉਹ ਬਟਨ ਦੇ ਸਭ ਤੋਂ ਵੱਡਾ ਹਥਿਆਰ ਤੁਹਾਡੇ ਕੋਲ ਹੀ ਆ ਜਿਹੜੇ ਤੁਸੀਂ ਹੱਥਾਂ ਦੇ ਡੰਡੇ ਡੰਡਿਆਂ ਦੇ ਉੱਪਰ ਆਪਣੇ ਝੰਡੇ ਕਿਸਾਨੀ ਆ ਉਹਨਾਂ ਦੀ ਲੋੜ ਨਹੀਂ ਪੈਣੀ ਬਸ ਆਪਣੇ ਬਟਨ ਦਬੋ ਜਿੱਦਨ ਬਦਲਾ ਹੈਗਾ ਉਦੋਂ ਪਤਾ ਲੱਗ ਜੂਗਾ BJP ਨੂੰ ਵੀ ਪਤਾ ਲੱਗ ਜੂਗਾ ਝਾੜੂ ਵਾਲਿਆਂ ਨੂੰ ਵੀ ਪਤਾ ਲੱਗ ਜੂ ਕਾਂਗਰਸ ਨੂੰ ਪਤਾ ਲੱਗ ਜੂ ਸੇ ਸ਼੍ਰੋਮਣੀ ਕਾਲੀ ਦਲ ਨੂੰ ਪਤਾ ਲੱਗ ਜੂ ਲੋਕਾਂ ਨੇ ਨਾ CM ਸਾਹਿਬ ਦਾ ਇੱਕ ਸ਼ਬਦ ਪੱਕੀ ਤਰ੍ਹਾਂ ਨਾਲ ਫਾੜ ਲਿਆ ਹੈਗਾ ਮੁਰਗੀਆਂ ਦੇ ਪੈਸੇ ਇਹ ਨਹੀਂ ਸਾਨੂੰ ਅਜੇ ਤੱਕ ਮਿਲੇ ਹੈਗੇ ਉਹ ਮੁਰਗੀਆਂ ਦੇ ਪੈਸੇ ਵਾਲੀ ਜਿਹੜੀ ਸੀਐਮ ਸਾਹਮਣੇ ਸਟੇਟਮੈਂਟ ਦਿੱਤੀ ਉਹ ਬਹੁਤ ਲੀਡਰਾਂ ਵਾਸਤੇ ਔਖੀ ਹੋ ਗਈ ਹੈ ਹਾਂ ਬੋਲ ਕਿਸੇ ਵੇਲੇ ਸਾਡੇ ਜਿਹੜੇ ਪੋਲੀਟੀਸ਼ੀਅਨ ਜਾਂ ਲੀਡਰ ਜਾਂ ਮੰਤਰੀ ਵੱਡੇ ਵੱਡੇ ਬੋਲ ਪੋਲ ਜਾਂਦੇ ਹਨ ਫਿਰ ਬੋਲ ਪਗਾਉਣੇ ਪੈਂਦੇ ਹੈਗੇ ਨੇ ਉਹ ਲੋਕਾਂ ਨੂੰ ਮਾਫੀ ਜਾਂ ਨਹੀਂ ਮਿਲਿਆਗਾ ਚਾਹੇ ਮੁਰਗੀਆਂ ਦਾ ਚਾਹੇ ਬੱਕਰੀਆਂ ਦੇ ਲੋਕੀ ਹਿਸਾਬ ਕਿਤਾਬ ਉਹ ਹੀ ਮੰਗਣਾ ਗੁਰਬੀਰ ਸਿੰਘ ਖੁੱਡੀਆਂ ਸਾਹਿਬ ਕਿਉਂਕਿ ਖੁੱਡੀਆਂ ਸਾਹਿਬ ਇਸ ਟਾਈਮ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਕੋਈ ਮੰਗਣਗੇ ਨਾ ਕੱਲ ਨੂੰ ਹੋ ਸਕਦਾ ਹੈ ਕਿ ਸੀਐਮ ਸਾਹਿਬ ਜਾਣ ਸੀਐਮ ਸਾਹਿਬ ਕੋ ਵੀ ਹਿਸਾਬ ਕਿਤਾਬ ਮੰਗਣਗੇ ਲੋਕੀ ਹਿਸਾਬ ਕਿਤਾਬ ਵੀ ਬੜੇ ਨੇ ਲੋਕਾਂ ਲੋਕ ਵੋਟਰ ਆ ਲੋਕਾਂ ਨੇ ਪਤਾ ਕਿ ਜਿਵੇਂ ਕਾਲੀ ਜਾਂ ਕਾਂਗਰਸੀਆਂ ਦੇ ਦਿਮਾਗ ਖਰਾਬ ਹੋਏ ਲੋਕਾਂ ਨੇ ਸੈੱਟ ਕਰ ਦਿੱਤੇ ਤੇ ਆਮ ਆਦੀ ਪਾਰਟੀ ਵਾਲਿਆਂ ਦੇ ਵੀ ਦਿਮਾਗ ਖਰਾਬ ਹੋ ਗਏ ਨੇ ਉਹ ਲੋਕਾਂ ਨੇ ਸੈੱਟ ਕਰ ਦੇਣਗੇ ਬੀਜੇਪੀ ਵਾਲਿਆਂ ਦੇ ਬਹੁਤ ਆ ਦਿਮਾਗ ਖਰਾਬ ਸਰਕਾਰਾਂ ਸਰਕਾਰਾਂ ਇਹ ਇਨ ਇਹ ਧਿਆਨ ਵਿੱਚ ਰੱਖ ਲੈਣਾ ਕਿ ਅਹੀਂ ਜੇ ਲੋਕਾਂ ਨਾਲ ਚੰਗੇ ਰਵਾਂਗੇ ਤੇ ਕੋਈ ਵਿਰੋਧ ਨਹੀਂ ਕਰੂਗਾ ਜਦ ਤੁਸੀਂ ਬਾੜੇ ਰਹੋਗੇ ਤੇ ਲੋਕੀ ਵਿਰੋਧ ਕਰਨਗੇ ਤੇ ਇਸ ਕਰਕੇ ਹੁਣ ਸਵਾਲ ਹੈ ਗੁਰਮੀਤ ਸਿੰਘ ਖੁੱਡੀਆਂ ਨੂੰ ਅਗਰ ਨਿੱਜੀ ਤੌਰ ਤੇ ਦੇਖੀਏ ਕਿ ਵੱਡੇ ਬੰਦੇ ਭਲੇ ਮਾਨਸ ਨੇ ਸਿਆਣੇ ਨੇ ਸੂਝਵਾਨ ਨੇ ਲੇਕਿਨ ਜੋ ਉਹਨਾਂ ਦੀ ਸਰਕਾਰ ਨੇ ਉਹਨਾਂ ਨੂੰ ਲੈ ਕੇ ਕੋਈ ਕੰਮ ਨਹੀਂ ਕੀਤਾ ਹੋਊਗਾ ਭਾਜਪੀ ਵੇਖੋ ਤਰਨਜੀਤ ਸਿੰਘ ਸੰਧੂ ਬੜੇ ਸ਼ਰੀਫ ਨੇ ਵਧੀਆ ਅਫਸਰ ਨੇ ਪਰ ਵਿਰੋਧ ਤੇ ਉਹਨਾਂ ਦਾ ਹੋ ਗਿਆ ਹੰਸਰਾਜ ਹੰਸ विरोध ਉਹਨਾਂ ਦਾ ਹੋ ਗਿਆ ਦਿਨੇਸ਼ ਬਾਬੂ ਬੜੇ ਦੋਵਰ ਐ ਐਮਐਲਏ ਬਣੇ ਡਿਪਟੀ ਸਪੀਕਰ ਹੈ ਕਿਉਂਕਿ ਉਹ ਬੜੇ ਸ਼ਰੀਬ ਜੇ ਲੀਡਰ ਨੇ ਨਾ ਵੱਧ ਬੋਲਦੇ ਨਾ ਘੱਟ ਬੋਲਦੇ ਆ ਕਿਨੇ ਉਹਨਾਂ ਦਾ ਵਿਰੋਧ ਹੋ ਗਿਆ ਕਿਸੇ ਵੇਲੇ ਤੁਹਾਡਾ ਵਿਰੋਧੀ ਤੁਹਾਡੀ ਪਾਰਟੀ ਕਰਕੇ ਵਿਰੋਧ ਕਰਨਾ ਪੈਂਦਾ ਉਹ ਫਿਰ ਪਾਰਟੀ ਦਾ ਵਿਰੋਧ ਆ ਤੇ ਤੁਹਾਨੂੰ ਤੇ ਫਿਰ ਸਬਕ ਮਿਲਣਾ ਹੀ ਹੈਗਾ ਤੇ ਉਹ ਲੋਕਿਆਂ ਨੂੰ ਚਾਹੀਦਾ ਹੈ ਕਿਸਾਨ ਜਾਂ ਜਿਹੜੇ ਵੀ ਜਿੱਥੇ ਚਾਹੇ ਪੰਜਾਬ ਜਾਂ ਹਰਿਆਣਾ ਜਿੱਥੇ ਵੀ ਵਿਰੋਧ ਹੋ ਰਿਹਾ ਕਿ ਜਿਹੜੀ ਵੋਟਾਂ ਵਾਲਾ ਦਿਨ ਧਿਆਨ ਰੱਖੋ ਤੁਸੀਂ ਉਦੋਂ ਤੱਕ ਨਾ ਭੁੱਲ ਜਾਈਓ ਜਿੰਨ ਐ ਐ ਵਾਲਾ ਜਿਹੜਾ ਵਿਰੋਧ ਕਰਨ ਦਾ ਤਰੀਕਾ ਜੇ ਕਿਸੇ ਦਾ ਵਿਰੋਧ ਕਰਨਾ ਛਾਂਤਮਈ ਤਰੀਕੇ ਨਾਲ ਕਰੀ ਚਲੋ ਪਰ ਜਦੋਂ ਪਿੱਛੇ ਭਜਦੇ ਹੋ ਜਾਂ ਗੱਡੀਆਂ ਰੋਕਦੇ ਉਹ ਚੰਗੀ ਗੱਲ ਨਹੀਂ ਹੈਗੀ ਚਲੋ ਬਹੁਤ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਇਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ